ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ। ਮੈਂ ਚਾਹੁੰਦਾ ਹਾਂ ਕਿ ਇਹ ਖੁਦਾ ਦੀ ਬਾਣੀ ਨੂੰ ਸੁਣਨ ਦਾ ਸਮਾਂ ਆ ਗਿਆ ਹੈ। ਹਰ ਇੱਕ ਸਿਰ ਝੁਕ ਜਾਏ ਖੁਦਾ ਦੀ ਹਜ਼ੂਰੀ ਦੇ ਵਿੱਚ। ਹਾਲੇਲੂਇਆ, ਖੁਦਾ ਦੇ ਆਤਮਾ ਨੂੰ ਇੱਥੇ ਮਹਿਸੂਸ ਕਰਨਾ। ਹਾਲੇਲੂਇਆ, ਇਹ ਸਮਾਂ ਹੈ ਖੁਦਾ ਦੀ ਬਾਣੀ ਨੂੰ ਸੁਣਨ ਦਾ। ਹਾਲੇਲੂਇਆ, ਆਪਣੇ ਆਪ ਨੂੰ ਤਿਆਰ ਕਰੇ, ਆਪਣੇ ਆਪ ਨੂੰ ਤਿਆਰ ਕਰੇ। ਹਾਲੇਲੂਇਆ, ਖੁਦਾ ਦੀ ਆਵਾਜ਼ ਤੁਹਾਡੇ ਤੱਕ ਬਹੁਤ ਜਲਦੀ ਪਹੁੰਚ ਰਹੀ। ਹਾਲੇਲੂਇਆ, ਆਪਣੇ ਆਪ ਨੂੰ ਤਿਆਰ ਕਰੀ। ਹਾਲੇਲੂਇਆ, ਪਵਿੱਤਰ ਆਤਮਾ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਹਾਲੇਲੂਇਆ ਖੁਦਾਵੰਦ, ਅਸੀਂ ਤੁਹਾਡਾ ਸਵਾਗਤ ਕਰਦੇ। ਹਾਲੇਲੂਇਆ, ਹਾਲੇਲੂਇਆ, ਸਤੂਤੀਆਂ ਦੇ ਉੱਤੇ ਬਿਰਾਜਮਾਨ। ਹਾਲੇਲੂਇਆ, ਹਾਲੇਲੂਇਆ, ਸਵਰਗ ਦੇ ਵਿੱਚ ਬਿਰਾਜਮਾਨ। ਹਾਲੇਲੂਇਆ, ਓ ਧੰਨਵਾਦ, ਤਾਰੀਫ ਹਾਲ। ਇੱਕ ਵਾਰੀ ਆਪਣੇ ਹੱਥ ਉਠਾਈਏ ਔਰ ਖੁਦਾ ਦੀ ਮਹਿਮਾ ਕਰੀਏ। ਹਾਲੇਲੂਇਆ, ਕਿ ਖੁਦਾਵੰਦ ਦੀ ਤਾਰੀ ਜੋ ਬਾਣੀ ਆ ਰਹੀ ਹੈ ਮੇਰੇ ਤੱਕ। ਹਾਲੇਲੂਇਆ, ਇਹ ਆਪਣੀ ਬਾਣੀ ਨੂੰ ਖੁਦਾਵੰਦ ਭੇਜ ਕੇ ਸਾਨੂੰ ਅੱਜ ਚੰਗਾ ਕਰ ਦੇ, ਚੰਗਾ ਕਰ ਦੇ। ਹਾਲੇਲੂਇਆ, ਇਹ ਖੁਦਾ ਦੀ ਬਾਣੀ ਨੂੰ ਘਰ ਤੱਕ ਲੈ ਕੇ ਜਾਣਾ ਹੈ, ਇਹ ਖੁਦਾ ਦੀ ਆਵਾਜ਼ ਨੂੰ ਘਰ ਤੱਕ ਲੈ ਕੇ ਜਾਣਾ ਹੈ ਅੱਜ ਤੁਹਾਡੇ ਦਿਲਾਂ ਦੇ ਵਿੱਚ। ਹਾਲੇਲੂਇਆ, ਅੱਜ ਖੁਦਾ ਇਹਨਾਂ ਨੂੰ ਤਿਆਰ ਕਰ ਦੇਵੇ, ਦਿਲਾਂ ਨੂੰ ਤਿਆਰ ਕਰ ਦੇਵੇ, ਇਮਾਨਾਂ ਨੂੰ ਤਿਆਰ ਕਰ ਦੇ। ਹਾਲੇਲੂਇਆ, ਆਏ ਆਪਣੇ ਆਵਾਜ਼ ਕੋਲ ਠਾਏ। ਹਾਲੇਲੂਇਆ, ਖੁਦਾਵੰਦ ਤੂੰ ਮੈਨੂੰ ਤਿਆਰ ਕਰ। ਹਾਲੇਲੂਇਆ, ਖੁਦਾਵੰਦ ਤੂੰ ਮੈਨੂੰ ਤਿਆਰ ਕਰ। ਹਾਲੇਲੂਇਆ, ਆਪਕਾ ਅਭਿਸ਼ੇਕ। ਹਾਲੇਲੂਇਆ, ਇਸ ਪੰਡਾਲ ਕੇ ਅੰਦਰ ਆ ਜਾ। ਹਾਲੇਲੂਇਆ, ਜੈਸੇ ਪ੍ਰਭੂ ਕੇ ਦਾਸ। ਹਾਲੇਲੂਇਆ, ਜਹਾਂ ਪਰ ਆ ਰਹੇ। ਹਾਲੇਲੂਇਆ, ਖੁਦਾ ਕਾ ਅਭਿਸ਼ੇਕ। ਹਾਲੇਲੂਇਆ, ਪ੍ਰਭੂ ਕਾ ਸਿੰਘਾਸਨ। ਹਾਲੇਲੂਇਆ, ਇਸ ਜਗ੍ਹਾ ਉੱਤੇ ਲੱਗ ਜਾ। ਹਾਲੇਲੂਇਆ, ਆਈ ਜੋਰ ਸੇ ਤਾਲੀ ਮਾਰ ਕੇ ਪ੍ਰਭੂ ਕੋ ਸਵਾਗਤ ਕਰੇ, ਉਸ ਕੇ ਵਚਨ ਕੋ ਸੁਣਨੇ ਕੇ ਲਈ ਜਾ ਰਹੇ। ਹਾਲੇਲੂਇਆ, ਆਜ ਵਚਨ ਸੁਣਤੇ ਸੁਣਤੇ ਬਿਮਾਰੀਆਂ ਚਲੇ ਜਾਏਗੀ। ਹਾਲੇਲੂਇਆ, ਅੰਧਕਾਰ ਕੀ ਤਾਕਤ ਖਤਮ ਹੋ ਜਾਏਗੀ। ਜੋਰ ਸੇ ਤਾਲੀ ਮਾਰ ਕੇ ਆਪਣੇ ਪ੍ਰਭੂ ਕੋ ਸਵਾਗਤ ਕਰੇ, ਜੋ ਸੱਚਾ ਹੈ, ਉਹ ਸੱਚਾ ਹੈ, ਉਸਕੇ ਵਾਅਦੇ ਸੱਚੇ। ਹਾਲੇਲੂਇਆ, ਉਹ ਰੱਬ ਸੰਦਰ ਹੈ, ਸ਼ੰਦਰ ਵਰਗ ਵਾਲਾ। ਜੋਰ ਸੇ ਸਵਾਗਤ ਕਰ। ਹਾਲੇਲੂਇਆ, ਪ੍ਰਭੂ ਕੇ ਦਾਸ। ਹਾਲੇਲੂਇਆ, ਉਸਕੀ ਬਾਣੀ ਕੋ ਲੈ ਕੇ ਆ ਰਹੇ ਹੈ, ਉਨਕੇ ਸੰਦੇਸ਼ ਕੋ ਲੈ ਕੇ ਆ ਰਹੇ। ਹਾਲੇਲੂਇਆ, ਉਹ ਆਜ ਆਪਣਾ ਸਮਾਂ ਹੈ, ਆਜ ਆਪਣਾ ਸਮਾਂ। ਹਾਲੇਲੂਇਆ, ਹਰ ਬਿਮਾਰੀ ਖਤਮ ਹੋ ਜਾਏਗੀ। ਹਾਲੇਲੂਇਆ, ਹਰ ਰੋਗ ਅੱਜ ਬਚਨ ਕੇ ਦੁਆਰਾ ਖਤਮ ਹੋ ਜਾਏਗਾ। ਆਪਣੇ ਵਚਨ ਕੋ ਭੇਜ ਕੇ ਉਹ ਚੰਗਾ ਕਰ ਦੇਣੇ ਵਾਲਾ ਖੁਦਾ। ਹਾਲੇਲੂਇਆ, ਓ ਰੀ ਬਾਬਾ 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 ਰੱਖਾ ਸੁੰਦਰ ਕੇ। ਹਾਲੇਲੂਇਆ ਜੀਸਸ, ਹਾਲੇਲੂਇਆ, ਧੰਨਵਾਦ ਕਰਦੇ ਮੇਰੇ ਖੁਦਾ। ਹਾਲੇਲੂਇਆ, ਅਸੀਂ ਤੁਹਾਡੇ ਦਾਸ ਨੂੰ ਤੁਹਾਡੇ ਹੱਥਾਂ ਦੇ ਵਿੱਚ ਪ੍ਰਭੂ ਸਮਰਪਿਤ ਕਰ ਰਹੇ ਹਾਂ। ਅੱਜ ਦੀ ਆਵਾਜ਼ ਕਾਸ਼ ਤੋਂ ਆਵਾਜ਼ ਹੋਵੇ, ਅੱਜ ਦੀ ਆਵਾਜ਼ ਸਵਰਗ ਤੋਂ ਆਵਾਜ਼ ਆਵੇ ਮੇਰੇ ਖੁਦਾ। ਹਾਲੇਲੂਇਆ, ਪ੍ਰਭੂ ਆਪਦੇ ਦਾਸਾਂ ਦੇ ਲਈ, ਆਪਦੇ ਲੋਕਾਂ ਦੇ ਲਈ ਇਹ ਆਵਾਜ਼ ਜ਼ਿੰਦਗੀਆਂ ਦੇ ਵਿੱਚ ਗੂੰਜੇ ਮੇਰੇ ਖੁਦਾਵੰਦ। ਹਾਲੇਲੂਇਆ, ਹਰ ਸ਼ੈਤਾਨ ਦੀ ਤਾਕਤ ਜੋ ਵਚਨ ਨੂੰ ਚਰਾਉਂਦੀ ਹੈ, ਜੋ ਕਲੀਸਿਆ ਦੇ ਅੰਦਰੋਂ ਵਚਨ ਨੂੰ ਚਰਾ ਕੇ ਲੈ ਕੇ ਜਾਂਦੀ ਹੈ, ਉਹਨੂੰ ਬੰਦ ਨੇ। ਹਾਲੇਲੂਇਆ, ਅੱਜ ਵਚਨ ਪੂਰਾ ਤੇ ਖਰਾ ਉਤਰਾਵੇ ਇੱਥੇ। ਹਾਲੇਲੂਇਆ, ਆਪਦੇ ਦਾਸ ਨੂੰ ਅਭਿਸ਼ੇਕ ਕਰਦੇ। ਹਾਲੇਲੂਇਆ, ਆਪਦੇ ਦਾਸ ਨੂੰ ਮਸਾ ਕਰਦੇ ਨੇ। ਹਾਲੇਲੂਇਆ, ਅੱਜ ਮੇਰੇ ਖੁਦਾਵੰਦ ਧੀੜੇ ਦੇ ਵਿੱਚ ਵੱਡਾ ਕੰਮ ਹੋ ਜਾਏ। ਹਾਲੇਲੂਇਆ, ਜਿਹੜਾ ਅੱਜ ਤੱਕ ਨਹੀਂ ਹੋਇਆ ਮੇਰੇ ਖੁਦਾਵੰਦ। ਹਾਲੇਲੂਇਆ, ਜੋ ਤੁਹਾਡੇ ਬੱਚੇ ਪ੍ਰਭੂ ਵੱਲ ਲੀਡ ਕਰ ਰਹੇ ਨੇ, ਉਹਨਾਂ ਨੂੰ ਆਪਣੀ ਸਾਮਰਥ ਨਾਲ ਭਰ ਕੇ ਇੱਥੇ ਇਸਤੇਮਾਲ ਕਰਨ। ਹਾਲੇਲੂਇਆ, ਹਰ ਇੱਕ ਜਨ ਬਰਕਤ ਪਾ ਕੇ ਜਾਏ, ਹਰ ਇੱਕ ਜਨ ਬਰਕਤ ਪਾ ਕੇ ਜਾਏ, ਹਰ ਇੱਕ ਜਨ ਬਰਕਤ ਪਾ ਕੇ ਜਾਏ। ਬਿਸ਼ਪ ਸਾਹਿਬ ਨੂੰ, ਉਹਨਾਂ ਦੇ ਰੂਹ ਨੂੰ, ਪ੍ਰਾਣ ਨੂੰ, ਜਿਸਮ ਨੂੰ, ਆਤਮਾ ਨੂੰ ਤੁਹਾਡੇ ਸਮਰਪਿਤ ਕਰ ਦੇਣਾ ਮੇਰੇ ਖੁਦਾਵ। ਅੱਜ ਰੂਹ ਦੇ ਛੋਲੇ ਬਣਾ ਕੇ ਇਸਤੇਮਾਲ ਕਰੋ, ਅੱਜ ਰੂਹ ਦੇ ਛੋਲੇ ਬਣਾ ਕੇ ਇਸਤੇਮਾਲ ਕਰੋ, ਅੱਜ ਰੂਹ ਦੇ ਛੋਲੇ ਬਣਾ ਕੇ ਇਸਤੇਮਾਲ ਕਰੋ। ਹਾਲਿਆ, ਅੱਜ ਪ੍ਰਭੂ ਯੇਸ਼ੂ ਤੁਹਾਡੇ ਦਾਸ ਦੀ ਆਵਾਜ਼ ਇਹਨਾਂ ਲੋਕਾਂ ਦੀਆਂ ਜਿੰਦਗੀਆਂ ਨੂੰ ਛੂ ਲੇ, ਅਤੇ ਜਿੰਨੇ ਲੋਕ ਬਿਮਾਰ ਆਏ ਨੇ ਵਚਨ ਸੁਣਦੇ ਸੁਣਦੇ ਚੰਗੇ ਹੋ ਜਾ, ਵਚਨ ਸੁਣਦੇ ਸੁਣਦੇ ਚੰਗੇ ਹੋ ਜਾ, ਵਚਨ ਦੇ ਵਿੱਚ ਅਭਿਸ਼ੇਕ ਆ ਜਾਏ, ਤੇਰੇ ਦਾਸ ਦੀ ਆਵਾਜ਼ ਵਿੱਚ ਅਭਿਸ਼ੇਕ ਆ ਜਾਏ। ਵਚਨ ਸੁਣਦੇ ਸੁਣਦੇ ਗਵਾਹੀਆਂ ਪੈਦਾ ਹੋ ਜਾਣ ਮੇਰੇ ਖੁਦਾਵੰਦ ਦੇ ਨਾਮ ਜੀ। ਵਿਸ਼ਵਾਸ, ਵਿਸ਼ਵਾਸ ਦੀ ਭਾਸ਼ਾ ਜਾਣਦਾ ਹੈ, ਫੇਥ, ਫੇਥ ਦੀ ਲੈਂਗੁਏਜ ਜਾਣਦਾ। ਹਾਲੇਲੂਇਆ, ਅੱਜ ਮੇਰੇ ਖੁਦਾਵੰਦ ਵਚਨ ਸੁਣਦੇ ਨਾਲ ਵਿਸ਼ਵਾਸ ਪੈਦਾ ਹੋ ਜਾਏ, ਅੱਜ ਵਿੱਚ ਵਚਨ ਸੁਣਦੇ ਨਾਲ ਵਿਸ਼ਵਾਸ ਪੈਦਾ ਹੋ ਜਾਏ, ਰੂਹਾਂ ਤਾਜ਼ੀਆਂ ਹੋ ਜਾਣ, ਜ਼ਿੰਦਗੀਆਂ ਨਰੋਈਆਂ ਹੋ ਜਾਣ। ਖੁਦਾ ਦਾ ਵਚਨ ਦੋ ਧਾਰੀ ਤਲਵਾਰ ਦੀ ਤਰ੍ਹਾਂ ਇੱਥੇ ਕੰਮ ਕਰੇ। ਹਾਲੇਲੂਇਆ, ਜਿੱਦਾਂ ਆਪਦੇ ਦਾਸ ਤੁਹਾਡੇ ਵਚਨ ਨੂੰ ਲੈ ਕੇ ਆ ਰਹੇ ਨੇ, ਆਪਦਾ ਕਾਸ਼ ਖੁੱਲ ਜਾਏ, ਆਪਦਾ ਕਾਸ਼ ਖੁੱਲ ਜਾਏ, ਅਤੇ ਰੂਹ ਦੀ ਆਵਾਜ਼ ਪਿੰਡ ਤੀਰਾਂ ਦੇ ਵਿੱਚ ਸੁਣਾਈ ਦੇਵੇ। ਹਾਲੇਲੂਇਆ, ਰੂਹ ਦੀ ਆਵਾਜ਼ ਮੇਰੇ ਖੁਦਾਵੰਦ ਪਿੰਡ ਤੀਰਾਂ ਦੇ ਵਿੱਚ ਆਵਾਜ਼ ਸੁਣਾਈ ਦੇਵੇ। ਹਾਲੇਲੂਇਆ, ਅਗਰ ਜਿੱਥੇ ਤੱਕ ਆਵਾਜ਼ ਜਾ ਰਹੀ ਹੈ, ਅਗਰ ਕੋਈ ਬਿਮਾਰ ਆਪਣੇ ਘਰ ਦੇ ਵਿੱਚ ਹੈ, ਪਰਮੇਸ਼ਰ ਦਾ ਆਤਮਾ ਨੂੰ ਇੱਥੇ ਛੂ ਲੈ। ਆਉਣ ਵਾਲੇ ਹਫ਼ਤੇ ਵਿੱਚ ਗਵਾਹੀਆਂ ਦੱਸਣ ਕਿ ਅਸੀਂ ਆਪਣੇ ਬੈੱਡ ਦੇ ਉੱਤੇ ਸੀ, ਖੁਦਾ ਨੇ ਸਾਨੂੰ ਛੂ ਕੇ ਚੰਗਾ ਕਰ ਦਿੱਤਾ।
मेरे खुदावंद इस बात को तेरे हाथ समर्पित कर रहा तेरे दासन तेरे हाथ समर्पित कर रहा और सारी प्रार्थना सुनो असी सब मिलके प्रार्थना नो प्रभु यीशु मसीह के चरणों में रख देने हां आमीन आमीन हालेलुया 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 तो आगे आओगे पर असी ਉਹਨਾਂ ਪਾਸੋਂ ਅੱਜ ਪਤਾ ਦੀ ਬਾਣੀ ਨੂੰ ਸੁਣਾਂਗੇ ਹਾਲੇਲੂਇਆ ਜ਼ੋਰ ਦਾ ਤਾਲੀ ਦਾ ਕਿਉਂ ਤਾਲੀ ਦਾ ਸਾਥ ਤਾਂ ਬਾਤ ਕਰਾਂਗੇ ਹਾਲੇਲੂਇਆ ਜ਼ੋਰ ਦਾ ਅਸੀਂ ਵੈਲਕਮ ਕਰਾਂਗੇ ਵੈਲਕਮ ਨਾਲ ਹਾਲੇਲੂਇਆ ਜੀ ਸਸ ਹਾਲੇਲੂਇਆ ਹਾਲੇਲੂਇਆ ਸੋ ਤਾਲੀਆਂ ਨੂੰ ਵਜਾਉਂਦੇ ਰਹਿਣਾ ਤਾਲੀਆਂ ਨੂੰ ਬੰਦ ਕਰਨੇ ਅਸੀਂ ਖੁਦਾ ਦੇ ਖਾਦਮਾਂ ਦਾ ਸਵਾਗਤ ਕਰਨਾ ਤਾਲੀਆਂ ਨੂੰ ਵਜਾ ਕੇ ਤਾਲੀਆਂ ਨੂੰ ਵਜਾਉਂਦੇ ਹੋਏ ਹਾਲੇਲੂਇਆ ਇੱਕ ਵਾਰ ਜ਼ੋਰ ਨਾਲ ਤਾਲੀਆਂ ਖੁਦਾ ਦੇ ਖਾਤਮਾ ਦੇ ਸਵਾਗਤ ਦੇ ਲਈ ਔਰ ਪਰਮੇਸ਼ਰ ਦੀ ਮਹਿਮਾ ਦੇ ਨਾਲ ਕਰਦੇ ਹੋਏ ਵੱਡੀਆਂ ਤਾਲੀਆਂ ਵਜਾਵਾਂਗੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦੇ ਤਾਲੀਆਂ ਦੀ ਆਵਾਜ਼ ਬਹੁਤ ਘੱਟ ਹੈ ਧੰਨਵਾਦ ਅਸੀਂ ਖੁਦਾ ਦੇ ਦਾਸਾਂ ਦਾ ਆਹੀ ਸਾਰੀ ਟੀਮ ਦਾ ਚਰਚ ਆਫ ਪੈਂਟੀਕੋਸਟਲ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਹਾਲੇਲੂਇਆ ਆਈ ਦੇ ਅੱਛੇ ਸੁੰਦਰ ਸਮੇਂ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਔਰ ਚਰਚ ਆਫ ਪੈਂਟੀਕੋਸਟਲ ਡਾਇਸਿਸ ਆਫ ਪੰਜਾਬ ਵੱਲੋਂ ਆਪ ਸਭ ਨੂੰ ਜੀਆਂ ਆਖਦੇ ਹਾਂ ਪ੍ਰਭੂ ਆਪ ਨੂੰ ਆਸ਼ਿਸ਼ ਦੇਵੇ ਜੋ ਅੱਜ ਦੀ ਵਰਸ਼ਿਪ ਤੁਸੀਂ ਸੁਣੀ ਹੈ ਉਹਦੇ ਦੁਆਰਾ ਆਪ ਜੀ ਦੇ ਦਿਲਾਂ ਨੂੰ ਪਰਮੇਸ਼ੁਰ ਨੇ ਤਿਆਰ ਕੀਤਾ ਹੈ ਕਿ ਅਸੀਂ ਵਚਨ ਦੇ ਵੱਲ ਚੱਲੀਏ ਔਰ ਬਹੁਤ ਹੀ ਆਦਰ ਦੇ ਯੋਗ ਸਾਡੇ ਬਿਸ਼ਪ ਜੀਸਸ ਸੁਲੇਮਾਨ ਜੋ ਚਰਚ ਆਫ ਪੈਂਟੀਕਾਸਟ ਦੇ ਚੇਅਰਮੈਨ ਨੇ ਔਰ ਇੰਟਰਨੈਸ਼ਨਲ ਡਾਇਸਿਸ ਦੇ ਮੋਡਰੇਟਰ ਨੇ ਪੰਜਾਬ ਦੇ ਔਰ ਜਿੰਨੇ ਪਾਸਟਰ ਸਾਹਿਬਾਨ ਸਟੇਜ 'ਤੇ ਖੜ੍ਹੇ ਨੇ ਸਭ ਮਿਲ ਕੇ ਚਰਚ ਆਫ ਪੈਂਟੀਕਾਸਟ ਦੇ ਨਾਲ ਸੇਵਕਾਈ ਕਰਦੇ ਨੇ ਔਰ ਮੈਂ ਦੱਸਣਾ ਚਾਹੁੰਦਾ ਸੇਵਕਾਈ ਪੰਜਾਬ 'ਚ ਨਹੀਂ ਇੰਡੀਆ 'ਚ ਨਹੀਂ ਬਲਕਿ ਪੂਰੇ ਵਿਦੇਸ਼ਾਂ ਦੇ ਵਿੱਚ ਸਾਡੇ ਚਰਚ ਸਥਾਪਿਤ ਕੀਤੇ ਨੇ ਥੋੜ੍ਹੇ ਮਹੀਨੇ ਪਹਿਲਾਂ ਅਸੀਂ ਮਲੇਸ਼ੀਆ ਦੇ ਵਿੱਚ ਇੱਕ ਪੰਜਾਬੀ ਚਰਚ ਓਪਨ ਕੀਤਾ ਹੈ ਔਰ ਕੈਨੇਡਾ ਦੇ ਵਿੱਚ ਸਾਡੇ ਪਾਸਟਰ ਨੇ ਅਮੈਰੀਕਾ 'ਚ ਪਾਸਟਰ ਰੋਹਿਤ ਜੀ ਸੇਵਕਾਈ ਕਰਦੇ ਨੇ ਹੋਰ ਅਨੇਕਾਂ ਕੰਟਰੀਆਂ ਦੇ ਵਿੱਚ ਪ੍ਰਭੂ ਸੇਵਕਾਈ ਦੇ ਦੁਆਰਾ ਇਸਤੇਮਾਲ ਕਰਦਾ ਔਰ ਆਪਣੇ ਦਾਸ ਨੂੰ ਵਚਨ ਦੇ ਦੁਆਰਾ ਇਸਤੇਮਾਲ ਕਰਦੇ ਨੇ ਔਰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਵਚਨ ਸੁਣਦੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਚੇਂਜਿੰਗ ਲੈ ਕੇ ਆਓਗੇ ਔਰ ਪ੍ਰਭੂ ਦਾ ਵਚਨ ਜੋ ਸਾਨੂੰ ਸ਼ਾਂਤੀ ਦਿੰਦਾ ਹੈ ਕਈ ਵਾਰੀ ਇਨਸਾਨ ਮਰੇਕਲ ਦੇ ਮਗਰ ਦੌੜਦਾ ਹੈ ਪਰ ਵਚਨ ਤੋਂ ਕਈ ਵਾਰੀ ਅਸੀਂ ਵਾਂਝੇ ਰਹਿ ਜਾਂਦੇ ਹਾਂ ਅਸੀਂ ਚੰਗਾਈ ਲੱਭਦੇ ਹਾਂ ਪਰ ਵਚਨ ਨੂੰ ਜ਼ਰੂਰੀ ਸੁਣਨਾ ਹੈ ਵਚਨ ਚੰਗਾਈ ਦਿੰਦਾ ਹੈ ਵਚਨ ਜ਼ਿੰਦਗੀ ਦਿੰਦਾ ਹੈ ਵਚਨ ਸ਼ਾਂਤੀ ਦਿੰਦਾ ਯੀਸ਼ੂ ਮਸੀਹ ਦਾ ਵਚਨ ਸਾਨੂੰ ਸਭ ਕੁਝ ਦੇ ਸਕਦਾ ਹੈ ਕਈ ਵਾਰੀ ਇਨਸਾਨ ਦੌੜਦਾ ਹੈ ਪਰ ਉਹਦੀ ਜਿਹੜੀ ਦੌੜ ਜੇ ਵਚਨ ਤੱਕ ਹੋਵੇ ਤਾਂ ਸਾਨੂੰ ਸਵਰਗ ਵਿੱਚ ਵਚਨ ਲੈ ਕੇ ਜਾਏਗਾ ਔਰ ਆਈਏ ਅਸੀਂ ਵਚਨ ਨੂੰ ਸੁਣਾਂਗੇ ਮੈਂ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਦਾਸਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸਿਸਟਰ ਜੀ ਦੇ ਲਈ ਔਰ ਪਾਸਟਰ ਜੈਰਸ ਜਿਨ੍ਹਾਂ ਦਾ ਜਲਦ ਆਰਡੀਨੇਸ਼ਨ ਹੋਏਗਾ ਔਰ ਪ੍ਰਭੂ ਇਸ ਪਰਿਵਾਰ ਨੂੰ ਆਸ਼ਿਸ਼ ਦੇਵੇ ਔਰ ਸਿਸਟਰ ਸੁਨੀਤਾ ਜੀ ਔਰ ਉਹਨਾਂ ਦੇ ਬ੍ਰਦਰ ਜੀ ਪਾਸਟਰ ਰਜਿੰਦਰ ਪਾਲ ਔਰ ਸਾਰੀ ਫੈਮਿਲੀ ਬਹੁਤ ਹੀ ਪ੍ਰਭੂ ਦੇ ਵਿੱਚ ਨੇ ਔਰ ਪ੍ਰਭੂ ਦਾ ਕੰਮ ਕਰਦੇ ਨੇ ਸਾਨੂੰ ਕਦੀ ਕਦੀ ਮੌਕਾ ਮਿਲਦਾ ਇਹਨਾਂ ਦੇ ਨਾਲ ਕਲੀਸਿਆ ਦੇ ਵਿੱਚ ਆਉਣ ਦਾ ਔਰ ਜਦੋਂ ਵੀ ਖੁਸ਼ੀ ਦੇ ਨਾਲ ਬੁਲਾਉਂਦੇ ਨੇ ਔਰ ਖੁਦਾ ਦੇ ਦਾਸਾਂ ਦੀ ਬੜੀ ਖਿਦਮਤ ਕਰਦੇ ਨੇ ਔਰ ਸਮਾਂ ਜਿਹੜਾ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਮੈਂ ਫਿਰ ਇੱਕ ਵਾਰੀ ਵਧਾਈ ਦਿੰਦਾ ਇਸ ਪਰਿਵਾਰ ਨੂੰ ਕਿ ਜਿਨ੍ਹਾਂ ਨੇ ਥੈਂਕਸ ਗਿਵਿੰਗ ਦੀ ਮੀਟਿੰਗ ਜਿਹੜੀ ਪ੍ਰਭੂ ਦੇ ਨਾਮ ਦੇ ਲਈ ਰੱਖੀ ਹੈ ਔਰ ਬਹੁਤ ਅੱਛੀ ਸਾਊਂਡ ਜੋ ਜੀਜ਼ਸ ਸ਼ਾਈਨ ਚਰਚ ਵੱਲੋਂ ਇਹ ਜਿਹੜੀ ਸਾਊਂਡ ਚੱਲ ਰਹੀ ਹੈ ਪ੍ਰਭੂ ਨੇ ਆਸ਼ਿਸ਼ ਦਿੱਤੀ ਹੈ ਇਹਨਾਂ ਦੀ ਆਪਣੀ ਸਾਊਂਡ ਹੈ ਜੀਜ਼ਸ ਸ਼ਾਈਨ ਚਰਚ ਦੀ ਔਰ ਪਰਮੇਸ਼ਰ ਨੇ ਬੜੀ ਆਸ਼ਿਸ਼ ਦਿੱਤੀ ਹੈ ਔਰ ਮੈਂ ਪਾਸਟਰ ਸੋਹਨ ਲਾਲ ਜੀ ਨੂੰ ਵੀ ਯਾਦ ਕਰਦਾ ਮੇਰੇ ਫਾਦਰ ਸਾਹਿਬ ਜਿਨ੍ਹਾਂ ਦੇ ਦੁਆਰਾ ਜੀਜ਼ਸ ਸ਼ਾਈਨ ਚਰਚ ਦੀ ਸਥਾਪਨਾ ਹੋਈ ਔਰ ਪਾਸਟਰ ਰਜਿੰਦਰ ਪਾਲ ਦਾ ਜਦੋਂ ਅਸੀਂ ਆਰਡੀਨੇਸ਼ਨ ਕੀਤਾ ਤੇ ਬੜੀ ਖੁਸ਼ੀ ਹੋਈ ਸਾਡਾ ਮੇਲ ਮਿਲਾਪ ਵਧਿਆ ਔਰ ਪ੍ਰਭੂ ਨੇ ਬਹੁਤ ਅੱਛੀ ਸੇਵਕਾਈ ਦੇ ਨਾਲ ਨਵਾਜਿਆ ਇਹਨਾਂ ਦੇ ਵੀ ਕਾਫੀ ਜੀਜ਼ਸ ਸ਼ਾਈਨ ਚਰਚ ਕਾਫੀ ਪਿੰਡਾਂ 'ਚ ਵਰਕ ਕਰ ਰਿਹਾ ਔਰ ਇਹਨਾਂ ਦੀ ਕਾਫੀ ਕਲੀਸੇ ਆਈ ਹੈ ਔਰ ਸਭ ਨੂੰ ਜੀਆਂ ਆਖਦੇ ਹਾਂ ਜੋਰਦਾਰ ਤਾੜੀ ਵਜਾਵਾਂਗੇ ਪ੍ਰਭੂ ਜੀਜ਼ਸ ਸ਼ਾਈਨ ਚਰਚ ਨੂੰ ਹੋਰ ਵਧਾਵੇ ਔਰ ਸਾਡੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਸੇਵਕਾਈ ਕਰਦੇ ਨੇ ਔਰ ਜੋ ਭਾਈ ਇੰਗਲੈਂਡ ਦੇ ਵਿੱਚ ਪਾਸਟਰ ਮਨੋਜ ਸ਼ਮੀ ਔਰ ਦੂਸਰੇ ਭਾਈ ਸਾਹਿਬ ਵੀ ਰਹਿੰਦੇ ਨੇ ਇੰਗਲੈਂਡ ਦੇ ਵਿੱਚ ਵਿਜੇ ਉਹਨੂੰ ਬਾਊ ਜੀ ਕਹਿੰਦੇ ਨੇ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਉਹਨਾਂ ਦੇ ਪਰਿਵਾਰ ਲਈ ਦੁਆ ਕਰਦੇ ਹਾਂ ਪ੍ਰਭੂ ਇਸ ਪਰਿਵਾਰ ਨੂੰ ਸ਼ਾਂਤੀ ਇਤਮਿਨਾਨ ਖੁਸ਼ੀਆਂ ਹਮੇਸ਼ਾ ਦੇਵੇ ਔਰ ਜਿੰਨੇ ਪਾਸਟਰ ਸਾਹਿਬਾਨ ਆਏ ਦੂਣੇ ਆਦਰ ਦੇ ਯੋਗ ਨੇ ਅਸੀਂ ਉਹਨਾਂ ਦੇ ਲਈ ਵੀ ਦੁਆ ਕਰਦੇ ਹਾਂ ਕਿ ਪ੍ਰਭੂ ਇਹਨਾਂ ਨੂੰ ਬੜੀ ਸਾਮਰਥ ਦੇ ਨਾਲ ਇਸਤੇਮਾਲ ਕਰੇ ਔਰ ਅੱਜ ਦੀ ਰਾਤ ਆਪ ਜੀ ਦੇ ਲਈ ਇੱਕ ਆਸ਼ਿਸ਼ ਦੀ ਰਾਤ ਹੈ ਬੋਲੀਏ ਅੱਜ ਦੀ ਰਾਤ ਮੇਰੇ ਲਈ
बरकत की रात है और बरकत लेके जाना वचन के द्वारा प्रभु आपको आशीष देवे। थैंक यू। ਸਾਰਿਆਂ ਨੂੰ ਜੈ ਮਸੀਹ ਕੀ, ਜੈ ਮਸੀਹ ਕੀ। ਮੈਂ ਇਕੱਲਾ ਬੋਲਦਾ, ਤੁਸੀਂ ਬਹੁਤ ਜ਼ਿਆਦਾ। ਜੈ ਮਸੀਹ ਦੀ ਆਵਾਜ਼ ਤਾਂ ਪੂਰੇ ਧੀਨਾਂ 'ਚ ਸੁਣਨੀ ਚਾਹੀਦੀ। ਜੈ ਮਸੀਹ ਕੀ, ਜੈ ਮਸੀਹ ਕੀ, ਜੈ ਮਸੀਹ ਕੀ। ਹਾਲੇਲੂਇਆ, 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 ਹਾਲੇਲੂਇਆ। ਅਸੀਂ ਅੱਜ ਇੱਥੇ ਕੀ ਕਰਨ ਆਏ? ਅਸੀਂ ਕੀ ਕਰਨ ਆਏ ਹਾਂ? ਹਾਲੇਲੂਇਆ, ਅਸੀਂ ਆਰਾਧਨਾ ਕਰਨ ਆਏ ਹਾਂ। ਕਿੰਨੇ ਲੋਕ ਆਰਾਧਨਾ ਕਰਨ ਆਏ? ਵੈਰੀ ਗੁੱਡ। ਕਿੰਨੇ ਹੱਥ ਖੜੇ ਹੋਏ? ਬੜੀ ਖੁਸ਼ੀ ਦੀ ਗੱਲ ਹੈ, ਜਿਨ੍ਹਾਂ ਨੇ ਹੱਥ ਚੱਕੇ ਨੇ, ਅਸੀਂ ਸਾਰੇ ਆਰਾਧਨਾ ਕਰਨ ਆਏ ਹਾਂ। ਪਰਮੇਸ਼ਵਰ ਦੇ ਘਰ ਵਿੱਚ ਜਿਹੜੇ ਲੋਕ ਨੇ ਸਵਰਗ ਦੇ ਵਿੱਚ, ਯਿਸੂ ਮਸੀਹ ਨੇ ਕਿਹਾ ਧਰਤੀ ਤੇ ਆਕਾਸ਼ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ। ਤੇ ਯਿਸੂ ਮਸੀਹ ਧਰਤੀ ਤੇ ਵੀ ਹੈ ਤੇ ਆਕਾਸ਼ ਤੇ ਵੀ ਹੈ। ਤਾੜੀ ਵਜਾ ਦਿਓ ਜ਼ੋਰਦਾਰ। ਤੁਸੀਂ ਇਸ ਸਮੇਂ ਵੀ ਯਿਸੂ ਦੀ ਹਜ਼ੂਰੀ 'ਚ ਬੈਠੇ ਹੋ ਤੇ ਸਵਰਗ ਵਿੱਚ ਜਿਹੜੇ ਸਵਰਗ ਦੂਤ ਨੇ ਉਹ ਕਿਵੇਂ ਪਰਮੇਸ਼ਵਰ ਦੀ ਸਤੁਤੀ ਕਰਦੇ ਨੇ? ਮੈਂ ਕਿਹਾ ਹਾਲੇਲੂਇਆ, ਵੈਰੀ ਗੁੱਡ, ਤੁਸੀਂ ਹੱਥ ਚੱਕੇ ਨੇ। ਇਸੇ ਤਰ੍ਹਾਂ ਸਵਰਗ ਦੇ ਵਿੱਚ ਵੀ ਉਹ ਹੱਥ ਚੱਕ ਕੇ ਕੀ ਕਰਦੇ ਨੇ? ਪਰਮੇਸ਼ਵਰ ਦੀ ਮਹਿਮਾ ਕਰਦੇ ਨੇ, ਤਾਰੀਫ ਕਰਦੇ ਨੇ। ਤੇ ਅਸੀਂ ਇੱਕ ਵਾਰ ਸਾਰੇ ਹੱਥ ਚੱਕ ਕੇ ਪਰਮੇਸ਼ਵਰ ਦੀ ਤਾਰੀਫ ਕਰਾਂਗੇ। ਔਰ ਕਿਸ ਤਰ੍ਹਾਂ ਉਹ ਤਾਰੀਫ ਕਰਦੇ ਨੇ, ਉਦਾਂ ਹੀ ਤਾਰੀਫ ਕਰਨੀ ਹੈ। ਔਰ ਇੱਕ ਦੋ ਮਿੰਟ ਲਈ ਅਸੀਂ ਸਾਰੇ ਹੱਥ ਲਾਵਾਂਗੇ। ਕਿੱਦਾਂ? ਇਹ ਤਾਂ ਫਿਰ ਨਾ ਉਹ ਅਨਟ੍ਰੇਨਿੰਗ ਕੰਮ ਹੋ ਗਿਆ। ਜਿਹੜਾ ਅਨਟ੍ਰੇਨਿੰਗ ਹੁੰਦਾ ਨਾ, ਉਹ ਕਦੀ ਵੀ ਕਾਮਯਾਬ ਨਹੀਂ ਹੁੰਦਾ। ਸਿੱਖਣਾ ਉਹ ਕਿਵੇਂ ਉੱਥੇ ਆਰਾਧਨਾ ਹੁੰਦੀ ਹੈ। ਉਹ ਐਵੇਂ ਆਪਣੀ ਮਰਜ਼ੀ ਨਾਲ ਨਹੀਂ ਹੱਥ ਹਿਲਾਉਂਦੇ, ਖੁਦਾ ਦੀ ਮਰਜ਼ੀ ਨਾਲ ਹਿਲਾਉਂਦੇ, ਉਹ ਪਰਮੇਸ਼ਵਰ ਦੀ ਇੱਛਾ ਨਾਲ ਹਿਲਾਉਂਦੇ ਆ। ਅਤੇ ਪਰਮੇਸ਼ਵਰ ਹਮੇਸ਼ਾ ਹੀ ਨਿਜ਼ਮ ਨੂੰ ਪਸੰਦ ਕਰਦਾ, ਬੇਨਿਜ਼ਮਿਆਂ ਦੇ ਨਾਲ ਨਹੀਂ ਰਹਿੰਦਾ। ਜਿਹੜੇ ਨਿਜ਼ਮ ਨਾਲ ਚੱਲਦੇ ਨੇ, ਕਾਨੂੰਨ ਨਾਲ ਚੱਲਦੇ ਨੇ, ਪਰਮੇਸ਼ਵਰ ਉਹਨਾਂ ਨੂੰ ਢੇਰਾ ਬਰਕਤਾਂ ਦਿੰਦਾ, ਬਹੁਤ ਸਾਰੀਆਂ ਬਰਕਤਾਂ ਦਿੰਦਾ ਨਿਜ਼ਮ ਨਾਲ ਚੱਲਣਾ। ਹੁਣ ਅਸੀਂ ਕਿੱਦਾਂ ਕਰਾਂਗੇ ਆਰਾਧਨਾ? ਹਾਲੇਲੂਇਆ। ਦੇਖੋ ਤੁਸੀਂ ਨਿਜ਼ਮ 'ਚ ਕਰਦੇ ਹੋ ਤਾਂ ਕਿੰਨੇ ਵਧੀਆ ਲੱਗਦੇ ਹੋ। ਪਰਮੇਸ਼ਵਰ ਨੂੰ ਚੰਗਾ ਲੱਗ ਰਿਹਾ ਹੈ ਕਿ ਤੁਸੀਂ ਉਹਦੀ ਤਾਰੀਫ ਕਰ ਰਹੇ ਹੋ। ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਲਾਰਡ। ਜਦੋਂ ਅਸੀਂ ਨਿਜ਼ਮ ਦੇ ਨਾਲ ਦੁਆ ਕਰਦੇ ਹਾਂ, ਸਤੁਤੀ ਕਰਦੇ ਹਾਂ, ਪਰਮੇਸ਼ਵਰ ਖੁਸ਼ ਹੁੰਦਾ। ਅਤੇ ਜਦੋਂ ਖੁਸ਼ ਹੁੰਦਾ ਤੇ ਆਸ਼ੀਸ਼ਾਂ ਦੀ ਬਾਰਿਸ਼ ਆਸਮਾਨ ਤੋਂ ਆਉਣ ਲੱਗ ਪੈਂਦੀ ਹੈ ਤੇ ਜ਼ਮੀਨ ਤੋਂ ਵੀ ਆਸ਼ੀਸ਼ਾਂ ਦੀ ਬਾਰਿਸ਼ ਆਉਣ ਲੱਗ ਪੈਂਦੀ ਹੈ। ਹਾਲੇਲੂਇਆ, ਹਾਲੇਲੂਇਆ। ਅੱਜ ਅਸੀਂ ਪਰਮੇਸ਼ਵਰ ਦੇ ਵਚਨ ਚੋਂ ਦੇਖਾਂਗੇ ਦੁੱਖ ਦਾ ਸੁੱਖ ਵਿੱਚ ਬਦਲ ਜਾਣਾ। ਹਾਲੇਲੂਇਆ, ਦੁੱਖ ਦਾ ਸੁੱਖ ਵਿੱਚ ਬਦਲਣਾ। ਹੁਣੇ ਅਸੀਂ ਇੱਕ ਇੱਥੇ ਪਲੇਅ ਦੇਖਿਆ, ਮੈਨੂੰ ਬੜਾ ਚੰਗਾ ਲੱਗਿਆ। ਪ੍ਰਭੂ ਉਹਨਾਂ ਬੱਚਿਆਂ ਨੂੰ ਬੜੀ ਵਰਤ ਕਰਦੇ ਹੋਏ। ਹਾਲੇਲੂਇਆ, ਤਾਰੀ ਵਜਾ ਦਿਓ ਉਹਨਾਂ ਦੇ ਫਿਰ ਇੱਕ ਵਾਰ। ਬਹੁਤ ਸੋਹਣਾ ਪਲੇਅ ਕੀਤਾ। ਇੱਕ ਦੁਖਿਆਰੀ ਕਿੱਦਾਂ ਖੁਸ਼ੀ 'ਚ ਬਦਲ ਗਈ। ਹਾਲੇਲੂਇਆ, ਕਿਵੇਂ ਬਦਲੀ? ਕਿਉਂਕਿ ਉਹਨੇ ਵਿਸ਼ਵਾਸ ਕੀਤਾ। ਉਹਨੇ ਕੀ ਕੀਤਾ? ਕੀ ਕੀਤਾ? ਕੀ ਕੀਤਾ? ਵਿਸ਼ਵਾਸ ਕੀਤਾ। ਕਿੰਨਾ ਕੁ? ਕਿੰਨਾ ਕੁ ਵੱਡਾ? ਹਾਲੇਲੂਇਆ,
ਇੱਕ ਸਕਿੰਟ ਵਿੱਚ ਹੋ ਮੈਂ ਬਿਮਾਰ ਹਾਂ, ਯਿਸੂ ਚੰਗਾ ਕਰਦਾ, ਮੈਂ ਯਿਸੂ ਨੂੰ ਛੂ ਲਊਂ। ਕਿੰਨਾ ਟਾਈਮ ਲੱਗਿਆ, ਉਹ ਚੰਗੀ ਹੋ ਗਈ। ਅੱਜ ਅਸੀਂ ਪਰਮੇਸ਼ਵਰ ਦੇ ਕਲਾਮ ਵੱਲ ਚੱਲਦੇ ਹਾਂ, ਕਿਉਂਕਿ ਪਰਮੇਸ਼ਵਰ ਦਾ ਪੁੱਤਰ ਪ੍ਰਭੂ ਯਿਸੂ ਮਸੀਹ ਸਾਨੂੰ ਇਸ ਧਰਤੀ 'ਤੇ ਚੰਗਾ ਕਰਨ ਲਈ ਆਇਆ, ਔਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਸ਼ੀਸ਼ ਪਾਉਂਦੇ। ਅਸੀਂ ਜਿੰਨੇ ਵੀ ਵਿਸ਼ਵਾਸੀ ਹਾਂ, ਗੈਰ ਵਿਸ਼ਵਾਸੀ ਵੀ ਜਿੰਨੇ ਵੀ ਯਿਸੂ ਦਾ ਨਾਂ ਲੈਂਦੇ ਨੇ, ਉਹ ਪ੍ਰਭੂ ਯਿਸੂ ਮਸੀਹ ਤੋਂ ਆਸ਼ੀਸ਼ਾਂ ਪਾਉਂਦੇ, ਬਰਕਤਾਂ ਪਾਉਂਦੇ ਨੇ। ਮਰਕੁਸ ਦੀ ਅੰਜ਼ੀਲ ਉਸਦਾ 16 ਅਧਿਆਇ ਉਸਦੀ 16 ਆਇਤ ਨੂੰ ਅਸੀਂ ਪੜ੍ਹਾਂਗੇ। ਜੋ ਵਿਸ਼ਵਾਸ ਕਰੇ ਔਰ ਬਪਤਿਸਮਾ ਲੇ ਉਸੀ ਕਾ ਉਧਾਰ ਹੋਗਾ, ਪਰੰਤੂ ਜੋ ਵਿਸ਼ਵਾਸ ਨਾ ਕਰੇਗਾ ਵਹਿ ਦੋਸ਼ੀ ਠਹਿਰਾਇਆ ਜਾਏਗਾ। ਹਾਲੇਲੂਇਆ। ਜੋ ਵਿਸ਼ਵਾਸ ਨਾ ਕਰੇਗਾ ਵਹਿ ਦੋਸ਼ੀ ਠਹਿਰੇਗਾ। 12 ਸਾਲ ਕੀ ਰੋਗਨ ਜੋ ਥੀ, ਜੋ 12 ਸਾਲ ਕੀ ਬਿਮਾਰ ਥੀ, ਉਸਨੇ ਵਿਸ਼ਵਾਸ ਕੀਆ। ਹਾਲੇਲੂਇਆ 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 ਹਾਲੇਲੂਇਆ। ਦੇਖੀਏ ਸ਼ੈਤਾਨ ਆਕਰ ਕਿਆ ਕਰੇਗਾ, ਆਪਕੀ ਹਾਲੇਲੂਇਆ ਕੋ ਰੋਕੇਗਾ। ਤੋ ਯਿਸੂ ਮਸੀਹ ਕੇ ਨਾਮ ਮੇ ਆਪਨੇ ਹਾਲੇਲੂਇਆ ਕੋ ਬੰਦ ਨਹੀਂ ਕਰਨਾ। ਬੋਲੇ ਹਾਲੇਲੂਇਆ ਹਾਲੇਲੂਇਆ, ਤਾਂ ਕਿ ਬੈਟਰੀ ਚਾਰਜ ਰਹੇ। ਹਾਲੇਲੂਇਆ, ਤਾਲੀ ਵਜਾ ਯਿਸੂ ਕੇ ਨਾਮ ਸੇ। ਦੁਬਾਰਾ ਸੇ ਪੜ੍ਹੇ ਸਾਹਿਤ ਕੋ। ਜੋ ਵਿਸ਼ਵਾਸ ਕਰੇ ਹਾਂ ਔਰ ਬਪਤਿਸਮਾ ਲੇ ਹਾਂ ਉਸੀ ਕਾ ਉਧਾਰ ਹੋਗਾ, ਉਸਕਾ ਉਧਾਰ ਹੋਗਾ, ਪਰੰਤੂ ਜੋ ਵਿਸ਼ਵਾਸ ਨਾ ਕਰੇਗਾ ਹਾਂ ਵਹਿ ਦੋਸ਼ੀ ਠਹਿਰਾਇਆ ਜਾਏਗਾ। ਹਾਂ ਵਿਸ਼ਵਾਸ ਕਰਨੇ ਵਾਲੋ ਮੇ ਯੇ ਚਿੰਨ ਹੋਗੇ ਕਿ ਵੇ ਮੇਰੇ ਨਾਮ ਸੇ ਦੁਸ਼ਟ ਆਤਮਾਓ ਕੋ ਨਿਕਾਲੇਂਗੇ, ਨਈ ਨਈ ਭਾਸ਼ਾ ਬੋਲੇਂਗੇ, ਸਾਪੋ ਕੋ ਉਠਾ ਲੇਂਗੇ, ਔਰ ਯਦੀ ਵੇ ਪ੍ਰਾਣ ਨਾਸ਼ਕ ਵਸਤੂ ਵੀ ਪੀ ਜਾਏ ਤੋ ਵੀ ਉਨਕੇ ਕੁਛ ਹਾਨੀ ਨਾ ਹੋਗੀ। ਤੋ ਵੀ ਉਨਕੇ ਕੁਛ ਹਾਨੀ ਨਾ ਹੋ। ਅਗਰ ਆਪਕਾ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਕੇ ਉੱਪਰ ਹੈ ਤੋ ਆਪਕੋ ਕੋਈ ਹਾਨੀ ਨਾ ਹੋਗੀ। ਆਪਕਾ ਜੀਵਨ ਜੋ ਹੈ ਵੋ ਦੁੱਖ ਮੇ ਸੇ ਸੁਖ ਮੇ ਤਬਦੀਲ ਹੋ ਜਾਏਗਾ, ਅਭੀ ਆਪਨੇ ਇਸ ਨਾਟਕ ਕੋ ਦੇਖਾ ਹੈ। ਹਾਲੇਲੂਇਆ ਹਾਲੇਲੂਇਆ। ਆਪਕਾ ਸ਼ਰੀਰ ਜੋ ਦੁੱਖੋ ਸੇ ਭਰਾ ਹੁਆ ਹੈ, ਜੋ ਪਰੇਸ਼ਾਨੀਓ ਮੇ ਹੈ, ਯਿਸੂ ਮਸੀਹ ਨਾਸਰੀ ਕੇ ਨਾਮ ਸੇ ਉਸੀ ਸਮੇਂ ਤੁਰੰਤ ਖੁਸ਼ੀਓ ਮੇ ਬਦਲ ਜਾਏਗਾ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਕਾ ਵਚਨ ਕਹਤਾ ਹੈ, ਯਿਸੂ ਮਸੀਹ ਨੇ ਕਹਾ, ਅਬ ਤੁਮ ਮੁਝੇ ਦੇਖਤੇ ਹੋ, ਕੁਛ ਸਮੇਂ ਕੇ ਬਾਅਦ ਮੁਝੇ ਨਾ ਦੇਖੋਗੇ। ਹਾਲੇਲੂਇਆ ਮੁਝੇ ਨਾ ਦੇਖੋ, ਕਿਉਂਕਿ ਹਮ ਥੋੜੀ ਦੇਰ ਵਿਸ਼ਵਾਸ ਰੱਖਤੇ ਹੈ, ਫਿਰ ਹਮਾਰਾ ਵਿਸ਼ਵਾਸ ਕਮਜ਼ੋਰ ਹੋ ਜਾਤਾ ਹੈ, ਹਮਾਰਾ ਵਿਸ਼ਵਾਸ ਟੂਟਨੇ ਲਗਤਾ ਹੈ। ਜਬ ਦੁੱਖ ਆਤਾ ਹੈ, ਤਕਲੀਫ ਆਤੀ ਹੈ, ਪਰੇਸ਼ਾਨੀ ਆਤੀ ਹੈ, ਤੋ ਹਮਾਰਾ ਵਿਸ਼ਵਾਸ ਜੋ ਹੈ ਵੋ ਕਮਜ਼ੋਰ ਹੋ ਜਾਤਾ ਹੈ। ਪ੍ਰੀਏ ਬਹਿਨੋ ਭਾਈ, ਹਮੇ ਲਗਾਤਾਰ ਪ੍ਰਭੂ ਕੇ ਉੱਪਰ ਵਿਸ਼ਵਾਸ ਰੱਖਣਾ, ਦੁੱਖ ਮੇ ਸੁਖ ਮੇ ਹਰ ਹਾਲ ਮੇ ਹਮੇ ਪ੍ਰਭੂ ਕੇ ਪਿੱਛੇ ਚੱਲਣਾ ਹੈ। ਮੈਂ ਆਪਣੇ ਜੀਵਨ ਕੀ ਇੱਕ ਛੋਟੀ ਸੀ ਟੈਸਟਮਨੀ ਦਿੱਤਾ ਹੂੰ। ਜਿੱਥੇ ਭਗਤ ਸਿੰਘ ਦਾ ਪਿੰਡ ਹੈ, ਉਹ ਬਹੁਤ ਸਾਲਾਂ ਦੀ ਗੱਲ ਹੈ, ਅਸੀਂ ਉੱਥੇ ਰਾਤ ਦੀ 3 ਦਿਨ ਦੀ ਬੰਦਗੀ ਸੀ, ਅਤੇ ਜਦੋਂ ਆਖਰੀ ਦਿਨ ਸੀ ਬੜੀ ਬਾਰਿਸ਼ ਆਈ, ਟੈਂਟ ਵੀ ਸਾਰਾ ਉੱਡ ਗਿਆ, ਸਾਊਂਡ ਵਾਲਿਆਂ ਨੇ ਵੀ ਆਪਣੇ ਉਹ ਤੰਬੂ ਤੰਬੂ ਜਿਹਾ ਲਾ ਕੇ ਸਾਰੇ ਬੰਦ ਕਰ ਦਿੱਤੇ, ਜਨਰੇਟਰ ਬੰਦ ਹੋ ਗਿਆ, ਸੰਗਤ ਬੈਠੀ ਰਹੀ। ਮੈਂ ਸੰਗਤ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਵਿਸ਼ਵਾਸ ਰੱਖਦੇ ਹੋ? ਸਾਰੇ ਕਹਿੰਦੇ ਹਾਂ ਵਿਸ਼ਵਾਸ ਰੱਖਦੇ ਹਾਂ। ਅਤੇ ਮੈਂ ਕਿਹਾ ਤੁਹਾਡੇ ਵਿਸ਼ਵਾਸ ਨਾਲ ਅੱਜ ਇਹ ਵੱਡਾ ਚਮਤਕਾਰ ਜਿਹੜਾ ਲੋਕ ਵੇਖਣਗੇ, ਆ ਜਿਹੜੀ ਸਿਕਿਉਰਿਟੀ ਲੱਗੀ ਹੈ,
हालेलुया। वो सारे खड़े हो गए, असि बारिश पै रही है, सारे भिजे हुए हैं, ताली बज रही है, भजन गाई जाने। एक घंटा बारिश दे विच सारे ने खड़े होके आराधना की थी। और एक घंटे तो बाद बारिश बंद हो गई, तो जिते सारे खड़े से वो जगह सुकी थी। हालेलुया हालेलुया हालेलुया। जिते सारे खड़े सिगे वो खेत सिगे। तुसी समझ सकते हो कि एक घंटा एक खेत दे विच बारिश पै जावे तो असी खड़े नहीं हो सकते। असी काफी 500-700 लोग सी उत्थे, ज्यादा सी, ओपन मीटिंग सी, बहुत सारे रब दे दास सी, सारे ने जदों दुआवां कीतियां और झूमदे रहे सब बारिश दे विच। और जिहड़े उत्थे सिक्योरिटी लगी हुई सी और किसी दे भी कपड़े गिले नहीं हुए। हालेलुया हालेलुया। दूसरे दिन जगबानी अखबार दे विच आया और पुलिस वालिया का बयान सी कि असी मसीही सत्संग विच गए जिथे एक घंटा मीह पिया ते साडे कपड़े नहीं गिले हुए। हालेलुया। वो है जिंदा खुदावन साडा, विश्वासियों का पिता है, वो अपने विश्वासी बच्चों नू कदी भी शर्मिंदा नहीं होण दिंदा। ताली भी जादो यस्सू दे नाम च इक वारी। वो हमेशा अपने बच्चों का रखवाला है, इज्जत रखता है अपने बच्चों का। सन 2018 दे विच मैनू हार्ट का अटैक आया, 2016 दे विच भी आया, 17 दे विच भी आया, 18 दे विच की होया, मेरा जिहड़ा फेस सी बिल्कुल ही टेढ़ा हो गया, ये वाला फेस जिहड़ा सी बिल्कुल टेढ़ा हो गया। मैं बोल भी नहीं सी सकता, मैं खा भी नहीं सी सकता, पर मैं प्रभु का नाम लेना एक दिन भी नहीं छड्डिया। मैं प्रभु का नाम लेना एक दिन भी नहीं छड्डिया। मैं चर्च के आल्टर के उत्ते बोलता सी, ते एक दिन एक विआह मेरे सामने आ गया कि विआह करना है चर्च में, ते मैं विआह करन लई तैयार हो गया। जदों वो जोड़ा विआह दे लई अगे बैठा सी ते मैनूं समझ नहीं सी आ रही मैं इन्हां नूं कीड़ी ब्लैसिंग दवां, क्योंकि मूँह चों बोलिया नहीं सी, मैं किदा बोलना नहीं, किदा ब्लैसिंग दवां। पर जो भी प्रभु ने मेरे मूँह चों कढ़िया वो विआह होया, ते मैं अपने घर जाके बहुत रोया। मैं इन्ना रोया, मैं क्या खुदा तू मैं अपनी सेवा ले चुने है, ते मेरी आवाज इदा नहीं होनी चाहिए। मैं तेरे लोगों नू तेरा कलाम सुनाउन वाला बंदा, ते आज मैं एक विआह पढ़न लई मेरे जुबान नहीं सी निकल रही, मैं की कर। विश्वास की गल दसना चाह, रात नू मैं गुदने टेक के दुआ की, प्रभु जे मैं चंगा कहना है तो कल का दिन मेरे लिए हो, जे नहीं चंगा करना तो कल की जिंदगी मेरे बच्च ना हो, सह ना हो। प्यारे हो, रात को 2:45 का टाइम सी, आकाश के विचों दो हाथ आए और उन्होंने मेरे इधरों फड़िया, इधरों फड़िया, तो मैंने ठीक कर दिता उस समय यीशु के नाम दे विच। हालेलुया हालेलुया। कोई भी देख सकता मेरा चेहरा बिंगार नहीं है, लेकिन मेरी धर्म पत्नी इतने बैठे ने, बहुत सारे मेरे फ्रेंड्स भी इतने बैठे ने जेड़े जानते ने कि मैं बोल भी नहीं सी सकता। मेरा प्यारा यीशु वो सब कुछ करने की शक्ति रखता है, वो सब कुछ करने की शक्ति रखता है। हालेलुया 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 हालेलुया। गल साडा विश्वास किवें दा, साडा विश्वास किवें दा होना चाहिए।
ਉਹ ਰੋਗਾਂ ਦੀ ਮੰਜੀ ਨੂੰ ਪਲਟ ਦਿੰਦਾ ਮਿੰਟ ਤੋਂ ਪਹਿਲੇ, ਉਹ ਡਾਵਾਡੋਲ ਹੋਇਆ ਨੂੰ ਮਜ਼ਬੂਤ ਕਰ ਦਿੰਦਾ ਇੱਕ ਮਿੰਟ ਤੋਂ ਪਹਿਲੇ। ਗੱਲ ਵਿਸ਼ਵਾਸ ਦੀ ਹੈ, ਇਮਾਨ ਦੀ ਹੈ। ਅਸੀਂ ਦੇਖਦੇ ਹਾਂ ਪ੍ਰੇਰਿਤਾਂ ਦੇ ਕੰਮ 16 ਅਧਿਆਏ ਉਸਦੀ 31 ਆਇਤ। ਹਾਲੇਲੂਇਆ, ਪ੍ਰੇਜ਼ ਗੋਡ। ਉਹਨੇ ਕਿਹਾ, ਹਾਂ ਇਸ ਤੋਂ ਪਹਿਲਾਂ ਜਰਾ ਥੋੜ੍ਹਾ ਜਿਹਾ ਪੜ੍ਹ ਦਿਓ ਪੈਸੇ। ਸੰਤ ਪੌਲੁਸ ਜੇਲ ਖਾਨੇ ਦੇ ਵਿੱਚ ਹੈ। ਅੱਜ ਰਾਤ ਕੇ ਲਗਭਗ ਹਾਂ ਪੌਲੁਸ ਔਰ ਸਿਲਾਸ ਹਾਂ ਪ੍ਰਾਰਥਨਾ ਕਰਦੇ ਹੋਏ ਪਰਮੇਸ਼ਵਰ ਕੇ ਭਜਨ ਗਾ ਰਹੇ ਥੇ। ਹਾਲੇਲੂਇਆ। ਕਿੰਨੇ ਵਜੇ? ਕਿੰਨੇ ਵਜੇ? ਜੋ ਵੀ ਬੋਲੋ, ਕਿੰਨੇ ਵਜੇ? ਅੱਧੀ ਰਾਤ ਨੂੰ ਕੀ ਕਰ ਰਹੇ ਸੀ? ਪ੍ਰਾਰਥਨਾ ਕਰ ਰਹੇ ਸੀ, ਨਾਲ ਕੀ ਕਰ ਰਹੇ ਸੀ? ਭਜਨ ਗਾ ਰਹੇ ਸੀ। ਹਾਲੇਲੂਇਆ। ਜਦੋਂ ਯਹੋਵਾ ਪਰਮੇਸ਼ਵਰ ਇਸਰਾਇਲੀਆਂ ਨੂੰ ਸਮੁੰਦਰ ਵਿੱਚੋਂ ਪਾਰ ਲੈ ਕੇ ਗਿਆ, ਕਦੋਂ ਲੈ ਕੇ ਗਿਆ? ਰਾਤ ਨੂੰ। ਹਾਲੇਲੂਇਆ, ਹਾਲੇਲੂਇਆ। ਮੂਸਾ ਨੂੰ ਕਿਹਾ ਆਪਣੀ ਟਾਂਗੀ ਨੂੰ ਫਿੱਟ, ਤੇ ਫਿਰ ਉਸ ਤੋਂ ਬਾਅਦ ਕੀ ਕਰ ਦਿੱਤਾ? ਉਸਨੇ ਪ੍ਰਚੰਡ ਹਵਾ ਚਲਾਈ, ਜ਼ਬਰਦਸਤ ਹਵਾ ਚਲਾਈ, ਜਿਹੜੀ ਹਵਾ ਉਸ ਪਾਣੀ ਨੂੰ ਚੀਰਦੀ ਚਲੀ ਗਈ। ਹਾਲੇਲੂਇਆ। ਉਹਨੇ ਤਾਕਤ ਵਾਲੀ ਹਵਾ ਚਲਾਈ ਕਿ ਸਮੁੰਦਰ ਦੋ ਭਾਗ ਹੁੰਦਾ ਗਿਆ, ਹਵਾ ਦੇ ਵਿੱਚ ਇੰਨੀ ਤਾਕਤ ਸੀ। ਹਾਲੇਲੂਇਆ। ਸਮੁੰਦਰ ਦੋ ਭਾਗ ਹੁੰਦਾ ਗਿਆ, ਇਸਰਾਇਲੀ ਉਹਦੇ ਵਿੱਚੋਂ ਦੀ ਲੰਘਦੇ ਰਹੇ। ਜਦੋਂ ਸਵੇਰ ਹੋਈ ਤੇ ਸਮੁੰਦਰ, ਹਾਲੇਲੂਇਆ, 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 ਹਾਲੇਲੂਇਆ। ਉਹ ਮੇਰਾ ਪਰਮੇਸ਼ਵਰ ਅੱਜ ਵੀ ਜਿਉਂਦਾ ਪਰਮੇਸ਼ਵਰ ਹੈ, ਜਿਹੜਾ ਰਾਤ ਨੂੰ 6 ਲੱਖ ਲੋਕਾਂ ਨੂੰ ਸਮੁੰਦਰ ਦੇ ਵਿੱਚੋਂ ਦੀ ਪਾਣੀ ਵਿੱਚੋਂ ਦੀ ਹਵਾ ਵਗਾ ਕੇ ਉਹਦੇ ਵਿੱਚੋਂ ਦੋ ਭਾਗ ਕਰ ਸਕਦਾ ਹੈ, ਤੇ ਤੁਹਾਡੀਆਂ ਤੇ ਮੇਰੀਆਂ ਮੁਸ਼ਕਲਾਂ ਕੁਛ ਵੀ ਨਹੀਂ ਨੇ। ਹਾਲੇਲੂਇਆ, ਹਾਲੇਲੂਇਆ। ਤੁਹਾਡੀਆਂ ਤੇ ਮੇਰੀਆਂ ਮੁਸ਼ਕਲਾਂ ਕੁਝ ਵੀ ਨਹੀਂ ਪਿਆਰਿਓ। ਅਸੀਂ ਤਾਂ ਐਵੇਂ ਡਰਦੇ ਰਹਿੰਦੇ, ਅਸੀਂ ਤਾਂ ਐਵੇਂ ਘਬਰਾਉਂਦੇ ਰਹਿੰਦੇ, ਹਾਏ ਮੇਰਾ ਕੀ ਹੋਊਗਾ, ਹਾਏ ਹਾਏ ਮੇਰਾ ਕੀ ਹੋਊਗਾ, ਜਿਹੜਾ ਮੇਰਾ ਜ਼ਿੰਦਾ ਫੁਦਾ ਬਣ ਹਵਾਵਾਂ ਨੂੰ ਰੋਕਣ ਦੀ ਸ਼ਕਤੀ ਰੱਖਦਾ ਹੈ ਤੇ ਹਵਾਵਾਂ ਨੂੰ ਵਗਾਉਣ ਦੀ ਸ਼ਕਤੀ ਰੱਖਦਾ ਹੈ, ਤੇ ਉਹ ਮੇਰੇ ਤੇ ਤੁਹਾਡੇ ਰੋਗ ਇੱਕ ਮਿੰਟ ਤੋਂ ਦੂਰ ਪਹਿਲਾਂ ਕਰ ਸਕਦਾ ਹੈ। ਹਾਲੇਲੂਇਆ, 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 ਹਾਲੇਲੂਇਆ। ਯਹਾਂ ਪੇ ਪੌਲੁਸ ਔਰ ਸਿਲਾਸ ਆਧੀ ਰਾਤ ਕੋ ਕਿਆ ਕਰ ਰਹੇ ਹੈ? ਪ੍ਰਾਰਥਨਾ ਕਰ ਰਹੇ ਹੈ। ਕੈਸੀ ਪ੍ਰਾਰਥਨਾ? ਹਾਥ ਉਡਾਏ, ਹਾਲੇਲੂਇਆ, 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 ਕਹਿ ਰਹੇ ਹਾਲੇਲੂਇਆ, 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 ਹਾਲੇਲੂਇਆ। ਪ੍ਰਾਰਥਨਾ ਕਰਨ ਕੇ ਦੁਆਰਾ ਕਿਆ ਹੁਆ? ਜੇਲ ਕੀ ਦੀਵਾਰੇ ਹਿਲ ਗਈ, ਕਾਂਪ ਉਠੀ ਜੇਲ, ਦਰਵਾਜ਼ੇ ਖੁੱਲ ਗਏ, ਖਿੜਕੀਆਂ ਖੁੱਲ ਗਈ। ਤੋ ਜਹਾਂ ਬਹੁਤ ਸਾਰੇ ਵਹਾਂ ਕੈਦੀ ਥੇ, ਉਹ ਦੇਖ ਕੇ ਹੈਰਾਨ ਰਹਿ ਗਏ ਕਿ ਯੇ ਦੋ ਲੋਕ ਪ੍ਰਾਰਥਨਾ ਕਰ ਰਹੇ ਹੈਂ। ਜੇ ਦੋ ਲੋਕੋਂ ਕੀ ਪ੍ਰਾਰਥਨਾ ਸੇ ਜੇਲ ਹਿਲਨੇ ਲਗੀ। ਉਹਨੇ ਵਿਸ਼ਵਾਸ ਕਰ ਲਿਆ। ਜਬ ਦਰੋਗਾ ਨੇ ਦੇਖਾ ਆਧੀ ਰਾਤ ਕੋ ਦਰਵਾਜ਼ੇ ਖੁੱਲੇ ਹੈ, ਦਰੋਗਾ ਨੇ ਦੇਖਾ ਕੈਦੀ ਭਾਗ ਗਏ ਹੋਣਗੇ, ਉਸਨੇ ਲਾਲਟੈਨ ਲਈ ਔਰ ਅੰਦਰ ਕੈਦੀਆਂ ਕੋ ਡਰਤੇ ਡਰਤੇ ਦੇਖਨੇ ਗਿਆ। ਪੌਲੁਸ ਨੇ ਕਿਹਾ, ਦਰੋਗਾ ਮਤ ਘਬਰਾ, ਨਾ ਡਰ, ਹਮਾਰਾ ਜੀਵਤ ਪਰਮੇਸ਼ਵਰ ਸਭ ਕੁਛ ਤੋੜਨੇ ਕੀ ਸ਼ਕਤੀ ਰੱਖਤਾ ਹੈ, ਹਮਾਰਾ ਪਰਮੇਸ਼ਵਰ ਸਭ ਤਾਲੋਂ ਕੋ ਤੋੜਨੇ ਕੀ ਸ਼ਕਤੀ ਰੱਖਤਾ ਹੈ, ਬੰਦ ਦਰਵਾਜ਼ੋ ਕੋ ਖੋਲਨੇ ਕੀ ਸ਼ਕਤੀ ਮੇਰਾ ਜੀਵਤ ਪਰਮੇਸ਼ਵਰ ਰੱਖਤਾ ਹੈ। ਹਾਲੇਲੂਇਆ, ਹਾਲੇਲੂਇਆ। ਮੇਰਾ ਜੀਵਤ ਪਰਮੇਸ਼ਵਰ। ਦਰੋਗਾ ਨੇ ਕੀ ਕੀਆ? ਵਿਸ਼ਵਾਸ ਕੀਆ। ਤਾਲੇ ਬਜਾ ਦੇ ਯਿਸੂ ਦੇ ਨਾਮ। ਦਰੋਗਾ ਨੇ ਕੀ ਕੀਆ?
विश्वास किया और उसी रात दरोगा और उसके परिवार ने यीशु को कबूल कर लिया। ताली बजा दे यीशु के नाम से। हालेलुया हालेलुया। ये है विश्वास। जब हम विश्वास रखते हैं वो हमारी गुलामी को चंगाई में बदल देता है। मैंने आपको अपनी टेस्टिमनी दी है, जैसे 12 साल की रोगन चंगी हो गई उसकी टेस्टिमनी थी। मैंने आपके जी बिल्कुल लाइव आपको बताया कि मेरा जीवन कैसे हो गया था। मेरे साथी कई साथी जो हैं वो इस दुनिया से चले गए क्योंकि हार्ट की ऐसी प्रॉब्लम है। आपको लगता नहीं होगा अभी जिस दौर से मैं बोल रहा हूँ, बोलिए हालेलुया हालेलुया। मैंने कहा खुदावन जिस दिन भी मेरी सांस निकले तो ऐसे ही तेरा प्रचार करते हुए निकले लेकिन बीमारी में ना निकले। हालेलुया हालेलुया। बहुत सारे मेरे साथी कई बार फोन पे पूछते हैं ये बिशप साहब आप ठीक हो? मैंने कहा ठीक है हूं मैं, मुझे क्या हुआ? कहते नहीं नहीं आप ठीक है। मैंने कहा भैया तो आप अपना बता, मैं ठीक हूं। जब प्रभु यीशु मसीह यरूशलम में आए, यरूशलम में जैसे आप सब लोग बैठे हैं, हजारों की भीड़ यीशु मसीह के पीछे आ रही थी, यीशु मसीह के पीछे चल रहे थे हजारों की भीड़। और उसी यरूशलम के नगर में एक अंधा बर्तुलमई जो 40 साल से अंधा था वहां बैठा हुआ था। बर्तुलमई कभी चर्च नहीं गया, बर्तुलमई कभी बाइबल नहीं पढ़ा क्योंकि वह जन्म से ही अंधा था। और बर्तुलमई जो था तमई का पुत्र था बर्तुलमई। और बर्तुलमई जो था सड़क के किनारे बैठा हुआ भीख मांगता था। उसका काम क्या था? भीख मांगना। आप समझते होंगे कि भीख मांगना कितनी शर्मनाक बात है किसी से मांगना। और जब उसने सुना कि यीशु मसीह आ रहा है तो उसने अपने मन में विश्वास कर लिया। हालेलुया हालेलुया हालेलुया। अपने मन में विश्वास किया। क्या विश्वास किया? कि अगर यीशु यहाँ पे आएगा तो आज मैं भी अपने बारे में उसको बताऊंगा। क्या आज आप बताने आए उसे? कितने लोग अपना जीवन उसको बताने आए? हम सब पापी हैं, गुनाहगार हैं, दुखी हैं। कोई भी जन ही नहीं कह सकता मैं दुखी नहीं। हम सबको कोई ना कोई दुख है, कोई ना कोई दुख है। एक बार मैं किसी के घर में गया, कहते जी हमारी बहू जो है ना उसे दुष्ट आत्मा चिंबड़ी हुई है तो आप हमारे घर पे आओ। मैंने कहा अच्छा। मैं उसके घर में गया, दुआ करने लगा, दुआ करते रहे, वो भी दुष्ट आत्मा भी अपना काम करती रही। 10 मिनट 15 मिनट 20 मिनट आधा घंटा। थोड़ी देर बाद मैंने उस बहन को बोला, मैंने कहा अच्छा मैं चलता हूँ। उस बहन को बोला मैं अच्छा मैं चलता हूँ तो थोड़ी देर में बदरू भी कहती अच्छा मैं चलती हूँ। हालेलुया 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 हालेलुया। मैं कहा चलता हूँ, बदरू भी कहती मैं चलती हूँ। प्रियो इस अंधे भिखारी ने मन में सोच लिया क्या मैं यीशु को पुकारूंगा। बोलो मैं यीशु को पुकारूंगा, 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 मैं यीशु को पुकारूंगा। कैसे? जब यीशु मसीह वहां पहुंचे,
बड़ी भीड़ पीछे है और यीशु मसीह कैसे हैं? आगे हैं। अभी हमने वो प्ले भी देखा तो यीशु मसीह आगे आगे जा रहे हैं, बाकी सब क्या है? पीछे हैं। तो ऐसे ही यीशु मसीह आगे थे तो अंधे को कैसे पता चल गया कि यीशु मसीह आगे हैं? क्योंकि उसने विश्वास कर लिया। जब विश्वास हो जाएगा आपके अंदर एक रोशनी हो जाएगी, आंखें ना भी हो आप यीशु को देखेंगे। हालेलुया 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 हालेलुया। जब यीशु मसीह वहां पे आया तो उसने देख लिया। क्या देखा? किसको देखा? यीशु को। बाहर की आंखें नहीं खुली, अंदर पता चल गया कि यीशु आ गया है। ताली बजाएंगे इसके नाम से। अंदर पता चल गया कि यीशु आ गया है। उसने कहा, ए दाऊद के पुत्र यीशु, कितनी जोर से पुकारा, ए दाऊद। पहले उसके बाप दादाओं को याद किया। हालेलुया। क्या बोला? ए दाऊद के पुत्र यीशु, मुझ पर दया कर। तो जो वहां पे खड़े थे वो कहते, क्यों चिल्लाता है? तुझे देखने पड़ता कितने लोग उसके पीछे घूम रहे हैं। उसने फिर चिल्ला के बोला, ए दाऊद के पुत्र यीशु, मुझ पर दया कर। तो यीशु उसके लिए रुक गया। ताली बजा रही यीशु के नाम से। यीशु से उसके लिए रुक गया और यीशु ने क्या कहा? उसे मेरे पास लेके आओ। जैसे ही वो लोग खड़े थे, कहते जाओ तुझे बुला रहा है, तो वो उठा और जो उसके पास था वहीं पे छोड़ दिया। जो उसके पास कपड़े थे वहीं पे छोड़ दिए। जो उसके पास बर्तन था मांगने वाला वहीं छोड़ दिया और यीशु के पास चला गया। हालेलुया। थक गया क्या? बोलो हालेलुया हालेलुया। देखो भैया, अभी मैंने बताया कि जब 600,000 लोग रात को पानी में से निकले तो हवा सारी रात चलती रही, तब बरकत मिली। हालेलुया 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 हालेलुया। सारी रात जब पौलुस और सिलास दुआ करते रहे तो सारी रात दुआ चलती रही। तो आप थक गए? कितने लोग थक गए? बोलो फिर हालेलुया हालेलुया। तो जब अंधा वहां पहुंचा तो यीशु ने पूछा, तू क्या चाहता है मैं तेरे लिए करूं? यीशु ने कहा, अंधा बर्तिमाई क्या कहने लगा? प्रभु मैं देखने लगूं। यीशु मसीह ने कहा, जा जैसा तू चाहता है तेरे लिए हो जाए। हालेलुया हालेलुया। आज हमारे बीच में बहुत सारे लोगों की अलग अलग समस्याएं हैं। हमारे बीच में बहुत सारे लोगों की अलग अलग समस्याएं हैं, अलग अलग बीमारियां हैं, अलग अलग हमारे बोझ हैं जो आज हम यीशु के पास लेके आए हैं। आज हम अपने दिल की बात यीशु को कहें। हालेलुया हालेलुया। बहुत सारे सोच रहे होंगे कि शायद पास्टर जी कुछ करेंगे, लेकिन यीशु मसीह करेगा आज इसी समय इसी वक्त। हालेलुया हालेलुया। क्या लिखा पढ़ें आप? 38 आयत। उन्होंने कहा, प्रभु यीशु मसीह पर विश्वास कर तो तू और तेरा घराना उद्धार पाएगा। तू और तेरा घराना उद्धार पाएगा। किस पर विश्वास रखना? यीशु मसीह के ऊपर। यीशु मसीह के नाम में ताली बजाएंगे। तू और तेरा घराना क्या पाएगा? उद्धार पाएगा उद्धार पाएगा। रोमिया 10 अध्याय उसकी 9 आयत को पढ़े। रोमिया 10 अध्याय उसकी 9 आयत। कि यदि तू अपने मुंह से यीशु को प्रभु जानकर अंगीकार करे, यदि तू यीशु को
प्रभु जानकर अंगीकार करें, पूर्ण रूप में अंगीकार करें, उसको मान लें कि प्रभु तू मेरा उद्धार कर सकता है, प्रभु तू मुझे बचा सकता है। जैसे अंधा बर्तिमाई बोला, कैसे बोला? ए दाऊद के पुत्र, आप बोले ए दाऊद के पुत्र, ए दाऊद के पुत्र, सब बोले ए दाऊद के पुत्र, ए दाऊद के पुत्र, मुझ पर दया कर, मुझ पर दया कर, सब बोले हाथ उठा के ए दाऊद के पुत्र, ए दाऊद के पुत्र, मुझ पर दया कर, मुझ पर दया कर, ए दाऊद के पुत्र, ए दाऊद के पुत्र, यीशु 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 यीशु, मुझ पर दया कर, मुझ पर दया कर। दोनों हाथ खड़ा करके बोले ए दाऊद के पुत्र, ए दाऊद के पुत्र, यीशु 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 यीशु, मुझ पर दया कर, मुझ पर दया कर, ए दाऊद के पुत्र यीशु, ए दाऊद के पुत्र यीशु, मुझ पर दया कर, मुझ पर दया कर, मुझ पर दया कर, मुझ पर दया कर, यीशु यीशु मुझ पर दया कर, मुझ पर दया कर, यीशु आपके ऊपर दया कर रहे। हाथ उठाए मुझ पर दया कर। हालेलुया, परे थैंक यू लॉर्ड जीसस। महसूस करें यीशु मसीह आपकी आवाज को सुन रहे हैं, महसूस करें यीशु मसीह आपकी आवाज को सुन रहे हैं, महसूस करें यीशु मसीह आपको छू रहा है, महसूस करें यीशु मसीह आपको छू रहा है। ए दाऊद के पुत्र यीशु मुझ पर दया कर, सब बोले ए दाऊद के पुत्र यीशु मुझ पर दया कर। उसकी दया आपके ऊपर आ रही है, उसकी दया आपके ऊपर आ रही है, उसकी कृपा आपके ऊपर आ रही है, उसकी दया आपके ऊपर आ रही है। मुझ पर दया, मुझ पर दया, दाऊद के पुत्र यीशु मुझ पर दया, दाऊद के पुत्र यीशु मुझ पर दया, एवरीबॉडी दाऊद के पुत्र यीशु मुझ पर दया, प्रभु यीशु आपको शुरू, दाऊद के पुत्र यीशु आपको दया, प्रभु यीशु आपको पुत्र यीशु मुझ पर, रिसीव करें, रिसीव करें, रिसीव करें, यीशु मसीह आपको छू रहा है, रिसीव करें, उसकी आशीष को रिसीव करें। टच हो यीशु, टच हो यीशु, टच हो विद पावर, दाऊद के पुत्र यीशु मुझ पर दया कर। थैंक यू, छू ले, छू ले, छू ले, टच, अब सियां, अब सियां, दो अध्याय उसके आठ आए, रबा शांता रबा, क्योंकि विश्वास के द्वारा अनुग्रह ही से तुम्हारा उद्धार हुआ है। हालेलुया, हालेलुया। आप उद्धार पाना चाहते हैं, आप आशीष पाना चाहते हैं, आप बरकत पाना चाहते हैं, ताली बजाते हुए प्रभु का धन्यवाद करें, जोर से ताली बजाते, हाथ उठाकर, हाथ उठाकर ताली बजाते उसका धन्यवाद करें, हाथ उठाकर ताली बजाते उसका धन्यवाद करें। उसके आशीष आपके लिए है, उसकी बरकत अपने बच्चों के लिए है, उसकी बरकत अपने बच्चों के लिए है, उसकी आशीष अपने बच्चों के लिए है, अपने बच्चों को आशीषों से बढ़कर अपनी मेहनत के लिए इस्तेमाल करना चाहता है। टच एवरीबॉडी, टच जीसस, हालेलुया, हील एवरीबॉडी, हील एवरीबॉडी, हील एवरीबॉडी, हील एवरीबॉडी, तू और तेरा घराना उद्धार पाएगा आज अपने बच्चों के लिए, अपने बच्चों के लिए, अपने बच्चों के लिए पुकारे, आपके बच्चों के लिए पुकारे, अपने परिवार के लिए चिंता करें, अपने परिवार के लिए चिंता करें, क्योंकि यीशु आपके परिवार को बचाने जा रहा है। धन्यवाद करें, हालेलुया, प्रेज गॉड, धन्यवाद, हालेलुया, हालेलुया, प्रेज गॉड जीसस, हालेलुया, हालेलुया, खड़े हो जाए, खड़े हो जाए, तारीफ 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 तारीफ, हालेलुया, प्रेज गॉड, हालेलुया, ताली बजाते रहे, प्रभु का धन्यवाद करें, हालेलुया, प्रेज गॉड, प्रेज गॉड, हालेलुया। आ यीशु मसीह आपको, आपके घराने को दुखों से बचाकर
आशीषों में लेके जाना चाहता है। ताली बजाते हैं उसका धन्यवाद करें। हालेलुया। धन्यवाद। ताली बजाएं। हालेलुया। जिंदा खुदावंद, जिंदा खुदावंद, इस समय तेरे लोग इस समय तेरे सामने लॉर्ड, तूने अंधे बार्तिमाई की आवाज को सुना, तूने अंधे बार्तिमाई की आवाज को सुना, तूने पानूस की आवाज को सुना, और प्रभु यीशु तूने अपने इस्राएली काम को प्रभु एक प्रचंड हवा के द्वारा हम समंदर में से पार निकाल दिया, आज तेरे लोगों के बंधन टूट जाए। आज वो प्रचंड हवा तेरे लोगों के बीच में से गुजर जाए, तेरे लोगों के बंधन टूट जाए, तेरे लोगों के बंधन टूट जाए। हालेलुया, प्रेज़ गॉड, हालेलुया, धन्यवाद, धन्यवाद, थैंक यू लॉर्ड जीसस, हालेलुया, 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 प्रेज़ गॉड, हालेलुया, हालेलुया, तारी प्रभु यीशु, हालेलुया। यहाँ पे पवित्र आत्मा बता रहा है कि एक ऐसी बहन है जो बहुत सालों से औलाद के लिए तरस रही है, आज यीशु मसीह नासरी नाम उसके सारे बंधनों को तोड़ रहा है, आज उसके सारे बंधन टूट गए हैं, आज उसी समय उसके सारे बंधन टूट रहे हैं यीशु मसीह नासरी के नाम से। बहन, आज तेरे लिए वो प्रचंड हवा आसमान से खुदावन ने भेज दी है। हालेलुया, 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 प्रेज गॉड, हालेलुया, हालेलुया। बहुत सारे लोग इस समय प्रभु तेरे सामने बोझ के नीचे अपने बड़ा बोझ लेकर तेरे सामने खड़े हैं। ऐ मेरे जिंदा खुदावन, टच होली स्पिरिट, टच जीसस नेम, ऐ सारी गंदी बुलाओ, हुक्म देता यीशु के नाम से इन लोगों को छोड़कर चली जाए, यीशु के नाम से, यीशु के नाम से, हील, हील एवरीबॉडी, शू, शू, हालेलुया, प्रेज़ गॉड, प्रेज़ गॉड। ऐ शैतान की गंदी बुलाओ, ऐ शैतान की गंदी बुलाओ, यीशु के नाम से हुक्म देता हूं इन लोगों को छोड़कर चले जाए। टच होली स्पिरिट, अपने हाथों को उठाएं, अपने हाथों को उठाएं, आशीष मांगे, आशीष मांगे, प्रभु सुने, सुने, सारी कैंसर की बीमारियां, सारी शुगर की बीमारियां यीशु के नाम से आज तेरे घर से हील हो जाए, इस बंगाल में से, इस स्थान में से हर एक को गंदी बीमारी यीशु के नाम से उसी समय हुक्म देता हूँ तेरे लोगों के बीच में से चली जाए। टच होली स्पिरिट, टच होली स्पिरिट, पावर, पावर, रिसीव, 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 टच होली स्पिरिट, पावर, यीशु के नाम से, यीशु के नाम से, यीशु के नाम से, हालेलुया, हालेलुया, टच होली स्पिरिट, बाबा, 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 शंकर, बाबा, 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 शुले प्रभु से, टच होली स्पिरिट, घरों में ऐसा कला क्लेश है कि वो घर टूटने पर है, लेकिन यीशु मसीह आज उन घरों के ऊपर अपना हाथ भेज रहे हैं यीशु के नाम से। हालेलुया, 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 प्रेज गॉड, हालेलुया, धन्यवाद, तारीफ करें, हालेलुया, 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 प्रेज़ गॉड, हालेलुया, धन्यवाद, धन्यवाद, थैंक यू लॉर्ड, थैंक यू लॉर्ड, तारीफ करें यीशु का, धन्यवाद, हालेलुया, 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 मसीह खुदावंद, ओ मसीह खुदावंद, जीसस, जीसस, हेवनली फादर, हेवनली फादर, टच एवरीबॉडी, टच एवरीबॉडी, यीशु का, Yesu naam, Yesu naam,
यीशु नाम यीशु नाम यीशु नाम यीशु नाम की जय यीशु नाम यीशु नाम यीशु नाम यीशु नाम यीशु नाम की जय ताली बजाते हुए यीशु नाम क्योंकि यीशु मसीह ने आपकी सब प्रॉब्लम को दूर कर दिया इसलिए हम तारीफ करें यीशु के नाम में हाथ उठाकर ताली बजाते हुए क्योंकि वही नाम है जो हमें चंगा करता है वही नाम है जो हमारे सपोज को उठाता है वही नाम है जो हमेशा की जिंदगी देता है हालेलुया यीशु नाम यीशु नाम यीशु नाम यीशु नाम की जय यीशु नाम यीशु नाम यीशु नाम यीशु नाम यीशु नाम यीशु नाम की जय जिस नाम में है बंदगी वो नाम है यीशु मसीह जिस नाम में है बंदगी वो नाम है यीशु मसीह यीशु नाम यीशु नाम यीशु नाम यीशु नाम यीशु नाम यीशु नाम जैसे हम देखते
बातल में ले पुकारा ऐ दाऊद के पुत्र यीशु मुझ पर दया कर उसी बुलंद आवाज से आज पुकारे यीशु नाम की जय हालेलुया यीशु नाम यीशु नाम यीशु नाम की जय यीशु नाम यीशु नाम यीशु नाम यीशु नाम यीशु नाम यीशु नाम की जय जिंदगी वो नाम है यीशु मसीह
God. Thank you, Lord Jesus. Thank you, Lord Jesus. Thank you, Lord Jesus. Lord, इस समय तेरे लोग अपने दिलों को खोल कर तेरी मेहबा कर रहे हैं. तू सबके दिलों के भेद जानता है. तू सबके दिलों की आवाज जानता है. तेरे आगे प्रभु किसी का कोई भेद छुपा हुआ नहीं. तू सबके मन की अवस्था को जानता है प्रभु. लॉर्ड, जैसे तूने 12 साल की रोगन को चंगा किया, अंधे बर्तुलमई को चंगा किया, तूने अपने दासों की आवाज को सुना यीशु. आज तू देखे को शिफा देकर इस शैतान से रुखसत कर, इस जगह से सब लोग आशीष पाकर जाएं, सब इस जगह से आशीष पाकर जाएं. टच होली स्पिरिट, टच होली स्पिरिट, टच होली स्पिरिट, टच होली स्पिरिट, टच होली स्पिरिट पावर, टच होली स्पिरिट, टच होली स्पिरिट. सब अपना दाहिना हाथ अपने सर पर रखें, दाहिना हाथ सजात अपने सर पर रखे. हालेलुया 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 हालेलुया. यीशु सब अपने आंखों को बंद करें, आंखों को बंद करें. और यीशु इस समय आपको आशीषों से भरने जा रहे हैं. आपके ऊपर उसके समर्थ आ रही, आपके ऊपर उसकी सामर्थ आ रही. थैंक यू गॉड. यीशु 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 मेरे मन में समा जा. यीशु मेरे मन में समा जा. सब बोले यीशु Jesus. Jesus. Jesus.
Yeshua, Yeshua, mere man mein sama ja. Prabhu aapko buddhi gyan de raha hai. Yeshua, prabhu aapko buddhi gyan de raha hai. Tacho Vishnu, tacho Vishnu, tacho Vishnu. Mera singhasan, meri atma tera san, mera dil bane tera singhasan, meri atma tera san, mere man mein ho tu virajma. सब बोले मेरे यीशु तू बड़ा है यीशु शुद्ध कर दे प्रभु एक एक को प्रभु अपने लहू से मस्त कर दे एक एक को प्रभु अपने दुगना मस्सा देकर अपने पाक रूह का दुगना मस्सा देकर अपने तेरा छुलार हमेशा प्रभु तेरे लोगों के बीच में नजर आए और इस प्रभु इबादत में कोई भी तेरे घर से खाली ना जाए जिन्होंने अरेंजमेंट किया प्रभु सिस्टर सुनीता के लिए उनके बच्चों के लिए और उनके सारे परिवार के लिए ऐ मेरे जिंदा खुदावन तूने आशीषों से भरकर अपनी महिमा के लिए इस्तेमाल किया जो तेरे दास दासियों का आदर करते हैं प्रभु तेरे सेवक जनों का आदर करते हैं तूने आशीष से भरकर अपनी महिमा के लिए इस्तेमाल किया मेरे जिंदा खुदा अपनी बेटी को बहुत आयुष से भर कर देना आशीष जितने भी सेवक जन प्रभु इस समय तेरी हजूरी में प्रभु सबको अपनी रूह का दुगना मस्सा दे अपने सेवक जनों को अपनी रूह का दुगना मस्सा दे और एलिया और अलीशा के मालिक अपनी सेवा के लिए इस्तेमाल टच एवरीबॉडी जीसस नेम जीसस नेम जो प्रभु क्वालिटी में जिस समय तेरे हाथ में देता हूँ मेरे जिंदा खुदा बन तेरा रूह ने सुने राजा टच ऑल स्पिरिट बाबा सुने इसी समय उनके कंठ को शुक्र उनके कंठ को शुक्र अपनी रूह से भरकर अपनी महिमा के लिए इस्तेमाल जीसस नेम जीसस नेम टच ऑल स्पिरिट समय सारे इंतजाम कमेटी को तेरे हाथ में देता हूँ प्रभु तेरा रूह उन्हें छूले सारे इंतजाम कमेटी को सारे वॉलंटियर्स को यीशु के नाम में मसा करता हूँ यीशु के नाम में मसा करता हूँ और प्रभु आने वाले साल में इस स्थान पे एक बड़ी कन्वेंशन होने पाए और बहुत सारे लोग शिफा पाने वाले हो सके बहुत सारे लोग आशीष पाने वाले हो सके आज ये स्थान लोगों के लिए आशीष का घर बन जाए जिस स्थान तेरे लोगों के लिए आशीष का घर बन जाए जीसस शुले तूने सबकी आवाज को सुना तू महान परमेश्वर तू महान परमेश्वर
تو ہمیشہ اپنے لوگوں کی آواز کو سن، تو ہمیشہ اپنے لوگوں کی آواز کو سن، اور تیرے کان ہمیشہ تیرے لوگوں کی آواز کو سننے کے لیے کھلے رہتے ہیں، اور تیری آنکھیں تیرے لوگوں کی دعائی سننے کے لیے ہمیشہ لگی رہتی ہیں، یشو کے نام سے تیری آنکھیں لگی رہتی ہیں، اور دونوں چنگا کر کے اپنی مہما کے لیے استعمال کر، یشو کے سمرتھ نام سے آمین 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 آمین، ہلے اچھے سندر وچن دے لئی پربو دا دھنواد کر لوں، بس دو چار پانچ منٹ دے لئی ہور سما ہے، زیادہ نہیں کیونکہ سما بہت تیزی نال اگے چلے گیا، سسی جی کہندے سی کہ 9 بجے پری میٹنگ ختم کرنی ہے، مینوں پتہ ٹائم جدوں خدا اچ بیٹھ جئیے تے بہت پتہ نہیں لگدا کیویں، اور جنہاں نوں نیند آندی ہے بولیے ہاللویا ہاللویا، کیونکہ دو چار منٹ تہاڈے ہور لینے، زیادہ سما نہیں، ساڈے درمیان پاسٹر ڈینیل سنسارپور تو جو چرچ آف پینٹیکاسٹ نال سیوکائی کرتے ہیں سٹیج تے نہیں آئے، پلیز کرپا کر کے اوپر آ جائیے، آپ جی کی بڑی مہربانی ہوئے گی، اور ٹوٹی نے پربھو دے داس نے، اور تاڑی بجائیے زور دار زور تاڑی بجائیے پاسٹر جی دے واسطے، اور میں آپ سب کو دسنا چاہنا جس طرح خدا دے خادماں نے بول کے دسیا، آپ سب دسنا مسیح پریوار چینل تو بردر ونود جی اور بردر جتن جی سارے آئے اِسی یہاں کا بھی تھینک یو کرتے، ایک بار تالیاں بجا دے مسیح پریوار چینل کے واسطے، وہ جگہ بجگہ اپنا پیسہ خرچ کے جا کے چرچوں کے اس پروگرام کو ریکارڈ کر کے پرمیشور کے نام کی مہیما کرتے ہیں، سو اس پر اس مسیح پریوار چینل میں بھی سبسکرائب کرنا ہے سارے نے، اور پرمیشور کی مہیما نویں تو نویں دن پرتی دن تصویر جڑے رہنا، اور پرمیشور کے نام کی مہیما ہو سکے بیٹی کا اور سیکھا، اور پاسٹر سون لال دی پوتی ہے، تاڑی بجائیے زوردار اوپر آجا بیٹا زوردار تاڑی بجائیے، کیونکہ انہوں باہر سٹیج تے گاؤن دی شاید اجازت نہیں سی، پر پربھو نے دتی ہے اس پریوار دے رائیں، سٹیج تے نہیں گا سکتی سی پر پرمیشور نے انہوں چنیا اپنے لئی، اور میں بڑا انکرج کیتا جدو جانا بیٹا تو سٹیج تے بھی گایا کر، ورشپ کر دی چرچ بہت اچھی ووکل ہے دی، آواز بہت اچھی ہے، اور انہیں کئی ڈگریاں کیتیا مینوں آ نہیں ہوندا، بہت پڑھائی کیتی ہے انہیں میوزک دی، ہاں جی میوزک ٹیچر بھی ہے، کیا بات زوردار تاڑی بجائیے، کیونکہ مینوں بھی یہ سامنے بہت ڈر لگتا کئی بار، کیونکہ انہیں میوزک کی بریکی نو سیکھا، بے شک میرے کو پریکٹیکل ہے پر انہیں تھیوری سیکھی ہے، اور انہوں سنگیت بارے پتا گیان ہے، اور پرمیشور نو بہت آشش دے تہاری دی بیٹ تینوں چڑھاواں میں، شکر گزاری دی بیٹ تینوں چڑھاواں میں، جد تیرے قدماں میں، نال چوک سی پیر دکھا جد تیرے قدماں میں، شکر گزاری دی بیٹ تینوں چڑھاواں میں، شکر گزاری دی بیٹ تینوں چڑھاواں میں، تیرا شکر خدا نارے ساغا دے دئی، شکر خدا نارے ساغا دے دئی، شکر خدا منجلا دے دئی، تیرا شکر خدا نارے راغا دے دئی، شکر خدا نارے راغا دے دئی، شکر خدا شکر گزاری کردا کردا، شکر گزاری کردا کردا ہی تر جاواں میں، شکر گزاری دی بیٹ تینوں چڑھاواں میں، شکر گزاری دی بیٹ تینوں چڑھاواں میں، شکر گزاری دی بیٹ تینوں چڑھاواں میں،
ਬਖਸ਼ ਦੇਵੇ। ਰੰਗ ਛੱਡਿਆ ਏ ਮੈਨੂੰ ਰੰਗ ਛੱਡਿਆ ਏ ਰੰਗ ਛੱਡਿਆ ਏ ਮੈਨੂੰ ਰੰਗ ਛੱਡਿਆ ਏ ਆਪਣੇ ਲਹੂ ਦੇ ਨਾਲ ਰੰਗ ਛੱਡਿਆ ਗੇ ਆਪਣੇ ਲਹੂ ਦੇ ਨਾਲ ਰੰਗ ਛੱਡਿਆ ਗੇ ਰੰਗ ਛੱਡਿਆ ਏ ਰੰਗ ਛੱਡਿਆ ਏ ਮੈਨੂੰ ਰੰਗ ਛੱਡਿਆ ਏ ਆਪਣੇ ਲਹੂ ਦੇ ਨਾਲ ਰੰਗ ਛੱਡਿਆ ਗੇ ਆਪਣੇ ਲਹੂ ਦੇ ਨਾਲ ਰੰਗ ਛੱਡਿਆ ਗੇ ਰੰਗ ਛੱਡਿਆ ਏ ਰੰਗ ਛੱਡਿਆ ਮੈਨੂੰ ਰੰਗ ਛੱਡਿਆ ਏ ਰੰਗ ਛੱਡਿਆ ਮੈਨੂੰ ਰੰਗ ਛੱਡਿਆ ਏ ਮਿਲ ਜਾਵੇ ਯੇਸੂ ਤੈਨੂੰ ਬਕਦਾ ਰਖਾ ਮੈਂ ਆਪਣੀ ਸੁਣਾਵਾਂ ਨਿਆਣੇ ਤੇਰੀ ਗਾ ਸੁਣਾ ਮੈਂ ਮਿਲ ਜਾਵੇ ਯੇਸੂ ਤੈਨੂੰ ਬਕਦਾ ਰਖਾ ਮੈਂ ਆਪਣੀ ਸੁਣਾਵਾਂ ਨਿਆਣੇ ਤੇਰੀ ਗਾ ਸੁਣਾ ਮੈਂ ਤੂੰ ਦਾ ਦੀਵਾਨਾ ਮੈਨੂੰ ਕਦ ਛੱਡਿਆ ਏ ਤੂੰ ਦਾ ਦੀਵਾਨਾ ਮੈਨੂੰ ਕਦ ਛੱਡਿਆ ਗੇ ਰੰਗ ਛੱਡਿਆ ਏ ਸਭ ਇੱਕ ਵਾਰੀ ਜ਼ੋਰਦਾਰ ਤਾੜੀ ਵਜਾਈਏ ਬੱਚਨ ਜੀ। ਹਾਲੇਲੂਇਆ। ਪ੍ਰਭੂ ਇਸ ਪਰਿਵਾਰ ਨੂੰ ਬੜੀ ਆਸ਼ੀਸ਼ ਦੇਵੇ ਔਰ ਜੋ ਬੱਚਿਆਂ ਦਾ ਸਤਿਕਾਰ ਕਰਦੇ ਨੇ ਮਾਣ ਕਰਦੇ ਨੇ ਔਰ ਜੈਰਸ ਦੇ ਪਾਪਾ ਨੂੰ ਵੀ ਪਰਮੇਸ਼ੁਰ ਬੜੀ ਬਰਕਤ ਦੇਵੇ ਔਰ ਸਤਮੁੱਚ ਇਸ ਖਾਨਦਾਨ ਨੂੰ ਪ੍ਰਭੂ ਨੇ ਵਧਾਇਆ ਹੈ ਔਰ ਜੋ ਸ਼ੁਕਰਗੁਜ਼ਾਰੀ ਹੈ ਔਰ ਪਰਮੇਸ਼ੁਰ ਦੇ ਨਾਮ ਦੇ ਲਈ ਹੈ ਇਹ ਸਭ ਨੂੰ ਬਰਕਤ ਦੇਵੇ। ਥੈਂਕ ਯੂ ਵੈਰੀ ਮੱਚ। ਓਕੇ ਹਮੇ ਕਿਆ ਕਮੀ ਹੈ। ਹਾਲੇਲੂਇਆ। ਤਾੜੀ ਵਜਾਉਂਦੇ ਰਹੀਏ ਜ਼ੋਰਦਾਰ। ਨੀਂਦ ਨਹੀਂ ਆਊਗੀ ਤਾੜੀ ਵਜਾਈਏ। ਹਾਲੇਲੂਇਆ। ਔਰ ਬੇਟੀ ਦਾ ਗਾਣਾ ਜੋ ਰਿਲੀਜ਼ ਕਰਾਂਗੇ ਮੈਂ ਚਾਹਾਂਗਾ ਕਿ ਛੋਟੀ ਪ੍ਰਾਰਥਨਾ ਪਾਸਟਰ ਜੀਤ ਜੀ ਰੈਵਰੰਡ ਜੀਤ ਜੀ ਬਜ਼ੁਰਗ ਨੇ ਔਰ ਦੁਆ ਕਰਨਗੇ ਛੋਟੀ ਜੀ ਔਰ ਉਸ ਤੋਂ ਬਾਅਦ ਇੱਕ ਲਾਈਨ ਸੁਣਾਏਗੀ ਬੇਟੀ ਉਸ ਗਾਣੇ ਦੀ। ਆਈਏ ਦੁਆ ਕਰੀਏ। ਅਸਮਾਨ ਜ਼ਮੀਨ ਦੇ ਮਾਲਕ ਤੁਹਾਡਾ ਸ਼ੁਕਰ ਤੁਹਾਡੇ ਨਾਮ ਦੀ ਤਾਰੀਫ ਕਰਦੇ ਹਾਂ। ਆਪਣੀ ਬੇਟੀ ਨੂੰ ਬਹੁਤ ਬੜੀ ਬਰਕਤ ਦੇ ਜਿਵੇਂ ਤੇਰੇ ਬੰਦੇ ਦਾਊਦ ਨੇ ਕਿਹਾ ਜਦ ਤੱਕ ਮੈਂ ਜਿਉਂਦਾ ਰਹਾਂਗਾ ਮੈਂ ਤੇਰੇ ਗੀਤ ਗਾਉਂਦਾ ਰਹਾਂਗਾ। ਇਸੇ ਤਰ੍ਹਾਂ ਇਸ ਬੇਟੀ ਨੂੰ ਖੁਦਾ ਗਲੇ ਦੀ ਤੌਫੀਕ ਦੇਣਾ ਔਰ ਖੁਦਾਵਨ ਇਹ ਤੇਰੀ ਸਤੁਤੀ ਤੇਰੀ ਮਹਿਮਾ ਕੀ ਤਰ੍ਹਾਂ ਹੀ ਕਰਕੇ ਖੁਦਾ ਆਸ਼ੀਸ਼ ਪ੍ਰਾਪਤ ਕਰੇ ਔਰ ਬਹੁਤ ਲੋਕਾਂ ਤੱਕ ਖੁਦਾਵਨ ਇਹਨਾਂ ਗੀਤਾਂ ਦੇ ਵਸੀਲੇ ਆਸ਼ੀਸ਼ ਮਿਲੇ। ਆਪਣੀ ਬੇਟੀ ਨੂੰ ਬਰਕਤ ਦਿਓ ਯਿਸੂ ਮਸੀਹ ਦੇ ਨਾਮ ਚ ਮੰਗਦੇ ਆਮੀਨ। ਥੈਂਕ ਯੂ ਜ਼ੋਰਦਾਰ ਤਾੜੀ ਦੇਈਏ। ਔਰ ਸੱਚਮੁੱਚ ਬੇਟੀ ਨੇ ਬੜਾ ਅੱਛਾ ਗਾਇਆ ਹੈ ਪਰਮੇਸ਼ੁਰ ਆਪ ਨੂੰ ਆਸ਼ੀਸ਼ ਦੇਵੇ ਔਰ ਯੂਟਿਊਬ ਤੋਂ ਤੁਸੀਂ ਰੇਮਕਾ ਸੌਂਤਾ ਸਰਚ ਕਰਕੇ ਤੁਸੀਂ ਇਹਨਾਂ ਦੇ ਗਾਣੇ ਸੁਣ ਸਕਦੇ ਹੋ ਔਰ ਉਹਨੂੰ ਕਲਿੱਕ ਜ਼ਰੂਰ ਕਰਨਾ ਤਾਂ ਕਿ ਇਹਨਾਂ ਦੇ ਜਿਹੜੇ ਵਿਊਜ਼ ਨੇ ਜਿਹੜੇ ਸੁਣਨ ਵਾਲੇ ਲਿਸਨਰ ਨੇ ਉਹ ਜ਼ਿਆਦਾ ਹੋਣ ਔਰ ਸਾਡੀ ਦੁਆ ਹੈ ਕਿ ਪ੍ਰਭੂ ਆਪ ਨੂੰ ਪੂਰੀ ਦੁਨੀਆਂ 'ਚ ਸੁਣੇ। ਹਾਲੇਲੂਇਆ। ਔਰ ਆਖਰੀ ਛੋਟਾ ਭਜਨ ਹੋਏਗਾ ਔਰ ਦਾਨ ਉਹਦੇ ਨਾਲ ਲਿਆ ਜਾਏਗਾ। ਮੈਂ ਚਾਹਾਂਗਾ ਕਿ ਬਿਸ਼ਪ ਸਾਹਿਬ ਇੱਥੇ ਖੜ੍ਹੇ ਰਹਿਣਗੇ ਆਖਰੀ ਪ੍ਰਾਰਥਨਾ ਹੋਏਗੀ ਉਸ ਤੋਂ ਬਾਅਦ ਥੱਲੇ ਜਾਵਾਂਗੇ। ਠੀਕ ਹੈ ਜੀ। ਠੀਕ ਹੈ। ਹੋਰ ਕੋਈ ਪ੍ਰੋਬਲਮ ਤਾਂ ਨਹੀਂ। ਮੈਂ ਆਖਰੀ ਭਜਨ ਦੋ ਲਾਈਨਾਂ ਸੁਣਾਵਾਂਗਾ ਔਰ ਆਪ ਜੀ ਦੇ ਕੋਲ ਬਕਟ ਆਏਗੀ ਪਲੀਜ਼ ਉਸ ਵਿੱਚ ਦਾਨ ਜ਼ਰੂਰ ਪਾਈਏ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਆਜਾ ਵੇਖ ਲੈ ਹੋ ਯਿਸੂ ਭਰੇ ਖਾਲੀ ਝੇੜੀਆਂ ਲੱਭਦਾ ਜੋ ਮਿਲ ਜਾਵੇ ਉਸਨੂੰ ਜੋ ਮੰਗਦਾ ਹੋਵੇ ਉਹ ਪਾਵੇ ਉਹ ਖੁੱਲ ਜਾਂਦੇ ਸਭ ਬੂਹੇ ਉਸ ਲਈ ਜਿਹੜਾ ਨੇਚਾ ਨਾਲ ਖੜਕਾਵੇ ਮੀਂਹ ਵਰਕੇ ਉਹਦੀ ਰਹਿਮਤ ਦਾ
खेती नू हरिया कर जांदा जो करन भरोसा यसू दा उना दा बेड़ा तर जांदा एक लाइन होर सुनावा मैं जब वो आएंगे यीशु मसीह जब वो आएंगे जब वो आएंगे घर तो दहल जाएगा कौन कहता है ये वादा टल जाएगा आजा वेख ले हो यीशु अरे खाली छोड़िया आजा वेख ले हो यीशु अरे खाली छोड़िया हो जेड़ा यीशु अगे करे खाली छोड़िया आजा वेख ले हो यीशु अरे खाली छोड़िया आजा वेख ले हो यीशु अरे खाली छोड़िया मंगने तो पहला यीशु जानता है लोड़ा नू आपे देख के पूरिया करे तगाप थोड़ा नू ताड़ी जाए पावी साहब ताड़ी जाए हालेलुया मंगने तो पहला है यीशु जानता है लोड़ा नू आपे देख के पूरिया करे तगाप थोड़ा नू ओ यीशु नाम विच मुक जान परेशानिया आजा वेख देखो यीशु दिया मेहरबानिया आजा वेख देखो यीशु दिया मेहरबानिया पक्का यीशु फिरे ना जवान दा वादे आंदा पक्का यीशु फिरे ना जवान दा पाक साफ दिल मंगे हर इंसान दो पाक साफ दिल मंगे हर इंसान दो हो लिखिया कलाम दिया वारिस सुनाउंदा है आजा वेख ले हो यीशु खुशियां विखाउंदा है आजा वेख ले हो यीशु खुशियां विखाउंदा है आजा वेख ले हो यीशु खुशियां विखाउंदा है दान कौन कौन रह गया पाउण वाला सारे ने पाता प्रभु आप नूं आशीष देवे थैंक यू वेरी मच और आइए आपां आखिरी प्रार्थना करांगे और उस तो बाद आखिरी कलमा होएगा नहीं जनाब हले जाना नहीं ਇੱਥੇ ਕਿੱਦਾਂ ਜਾਣ ਛੱਡਦੀ ਕਿਤੇ ਆਈ ਆਪਾਂ ਆਖਰੀ ਪ੍ਰਾਰਥਨਾ ਵਿੱਚ ਚੱਲਾਂਗੇ ਔਰ ਪਾਸਟਰ ਡੈਨੀਅਲ ਉੱਪਰ ਆ ਜਾਈਏ ਪ੍ਰਾਰਥਨਾ ਤੁਸੀਂ ਕਰਨੀ ਹੈ ਔਰ ਪ੍ਰਭੂ ਆਪ ਨੂੰ ਆਸ਼ੀਰਵਾਦ ਦੇਵੇ ਆਖਰੀ ਪ੍ਰਾਰਥਨਾ ਵਿੱਚ ਚੱਲਾਂਗੇ ਉਸ ਤੋਂ ਬਾਅਦ ਦੁਬਾਰਾ ਰਵਾਨੀ ਕਰਾਂਗੇ ਔਰ ਆਖਰੀ ਕਲਮਾ ਹੋਏਗਾ ਫਿਰ ਆਪ ਜੀ ਦੇ ਲਈ ਖਾਣਾ ਹੈ ਔਰ ਪ੍ਰਭੂ ਆਪ ਨੂੰ ਆਸ਼ੀਰਵਾਦ ਦੇਵੇ ਆਈਏ ਅਸੀਂ ਆਪਣੇ ਸਿਰਾਂ ਨੂੰ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਚਰਨਾਂ ਵਿੱਚ ਫਿਰ ਤੋਂ ਝੁਕਾਈਏ ਔਰ ਪ੍ਰਾਰਥਨਾ ਕਰੀਏ ਧੰਨਵਾਦ ਸਰਵ ਸ਼ਕਤੀਮਾਨ ਪਰਮੇਸ਼ਵਰ ਤੁਹਾਡਾ ਧੰਨਵਾਦ ਤੁਹਾਡੀ ਮਹਿਮਾ ਔਰ ਵਡਿਆਈ ਕਰਦੇ ਪਵਿੱਤਰ ਪਰਮੇਸ਼ਵਰ ਅੱਜ ਦੇ ਸਾਰੇ ਕਾਰਜ ਦੇ ਲਈ ਖੁਦਾ ਬਾਪ ਕਿ ਤੁਹਾਡੀ ਆਤਮਾ ਪ੍ਰਭੂ ਸਾਡੇ ਵਿਚਕਾਰ ਆਇਆ ਔਰ ਤੁਸੀਂ ਤਖਤ ਤੇ ਵਿਰਾਜਮਾਨ ਹੋ ਕੇ ਪ੍ਰਭੂ ਸਾਡੇ ਵਿਚਕਾਰ ਆਏ ਖੁਦਾਵੰਦ ਅਸੀਂ ਤਹਿ ਦਿਲ ਤੋਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਆਰੇ ਪ੍ਰਭੂ ਜੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਖੁਦਾ ਬਾਪ ਤਮਾਮ ਆਸ਼ੀਸ਼ਾਂ ਔਰ ਬਰਕਤਾਂ ਦੇ ਨਾਲ ਭਰਪੂਰ ਕੀਤਾ ਖੁਦਾਵੰਦ ਔਰ ਹਰ ਇੱਕ ਪ੍ਰਭੂ ਜੋ ਦਿਲ ਖੁਦਾਵੰਦ ਗਮ ਦੇ ਵਿੱਚ ਸੀ ਤੁਸੀਂ ਸੱਚਮੁੱਚ ਉਸ ਨੂੰ ਖੁਸ਼ੀ ਦੇ ਵਿੱਚ ਬਦਲ ਦਿੱਤਾ ਮੇਰੇ ਪਰਮੇਸ਼ਵਰ ਇਹ ਖੁਦਾਬਾ ਅਸੀਂ ਤੁਹਾਡੇ ਨਾਲ ਹਾਇਤੀ ਸ਼ੁਕਰ ਗੁਜ਼ਾਰ ਹਾਂ ਤੁਹਾਡੇ ਨਾਲ ਸਾਰੇ ਦਾਸ ਔਰ ਦਾਸੀਆਂ ਦੇ ਲਈ ਖੁਦਾਬਾ ਜਿੰਨੇ ਵੀ ਅੱਜ ਇਸ ਥਾਂ ਤੇ ਆਏ ਖੁਦਾਬਨ ਕਿਉਂਕਿ ਤੁਹਾਡਾ ਵਚਨ ਦੱਸਦਾ ਖੁਦਾਬਾ ਕਿ ਤੇਰੇ ਦਾਸ ਜੋ ਦੁੱਗਣੇ ਆਦਰ ਦੇ ਯੋਗ ਨੇ ਸੱਚਮੁੱਚ ਪ੍ਰਭੂ ਤੁਹਾਡੇ ਦਾਸ ਦੁੱਗਣੇ ਆਦਰ ਦੇ ਯੋਗ ਨੇ ਮੇਰੇ ਪਰਮੇਸ਼ਵਰ ਔਰ ਖੁਦਾਬਾ ਤੂੰ ਆਪਣੇ ਇਹਨਾਂ ਮੁਬਾਰਕ ਲੋਕਾਂ ਦੇ ਲਈ ਵੀ ਖੁਦਾਬਨ ਖੁਦਾ ਉਹੀ ਪਿਆਰ ਦਿਖਾਉਣਾ ਹੈ ਜੋ ਖੁਦਾਵੰਦ ਤੇਰੀ ਹਜ਼ੂਰੀ ਵਿੱਚ ਪ੍ਰਭੂ ਜੀ ਬੜੇ ਵਿਸ਼ਵਾਸ ਦੇ ਨਾਲ ਬੈਠੇ ਨੇ ਖੁਦਾਵਾ
ਹੇ ਮੁਬਾਰਕ ਪਰਮੇਸ਼ਵਰ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਉਸ ਪਰਿਵਾਰ ਦੇ ਲਈ ਖੁਦਾਵੰਦ ਜਿਨ੍ਹਾਂ ਦੇ ਵਸੀਲੇ ਅੱਜ ਦੇ ਸਾਰੇ ਕਾਰਜ ਨੂੰ ਕੀਤਾ ਖੁਦਾਵੰਦ ਵੱਡੀ ਬਰਕਤ ਔਰ ਆਸ਼ੀਸ਼ ਦੇਣੀ ਖੁਦਾਵੰਦ ਔਰ ਜਿੰਨੇ ਵੀ ਤੁਹਾਡੇ ਬੱਚਿਆਂ ਨੇ ਪ੍ਰਭੂ ਆਪਣਾ ਹੱਥ ਵਧਾ ਕੇ ਪਿਆਰੇ ਪਰਮੇਸ਼ਵਰ ਅੱਜ ਦਾ ਦਾਨ ਦਿੱਤਾ ਪ੍ਰਭੂ ਜੀ ਉਸ ਨੂੰ ਵੀ ਪ੍ਰਭੂ ਜੀ ਉਹਨਾਂ ਹੱਥਾਂ ਨੂੰ ਵੀ ਮੁਬਾਰਕ ਕਰਨਾ ਮੇਰੇ ਪਰਮੇਸ਼ਵਰ ਔਰ ਬਹੁਤਾਈ ਦੇ ਨਾਲ ਬਰਕਤ ਔਰ ਆਸ਼ੀਸ਼ ਦੇਣੀ ਮੇਰੇ ਪਿਆਰੇ ਪਰਮੇਸ਼ਵਰ ਕਿ ਇਹ ਤੁਹਾਡੀ ਮਹਿਮਾ ਦੇ ਲਈ ਇਸਤੇਮਾਲ ਹੋ ਸਕੇ ਮੇਰੇ ਪਿਆਰੇ ਯਿਸੂ ਖੁਦਾ ਬਾਪ ਇਹ ਸਾਰੇ ਕੰਮ ਦੇ ਲਈ ਜਿੰਨਿਆਂ ਲੋਕਾਂ ਨੇ ਸਾਊਂਡ ਵਾਲਿਆਂ ਨੇ ਕੈਮਰੇ ਵਾਲਿਆਂ ਨੇ ਮੂਵੀ ਵਾਲਿਆਂ ਨੇ ਹਰ ਇੱਕ ਭਾਈ ਭੈਣਾਂ ਨੇ ਜਿੰਨਿਆਂ ਨੇ ਵੀ ਪਿਆਰੇ ਪ੍ਰਭੂ ਜੀ ਅੱਜ ਦੀ ਇਸ ਸੇਵਾ ਦੇ ਵਿੱਚ ਹੱਥ ਵਧਾਇਆ ਉਹਨਾਂ ਸਭਨਾਂ ਨੂੰ ਵੱਡੀ ਬਰਕਤ ਔਰ ਆਸ਼ੀਸ਼ ਪ੍ਰਦਾਨ ਕਰਨੀ ਖੁਦਾਵੰਦ ਅੱਜ ਦੇ ਇਸ ਸਮੇਂ ਖੁਦਾਵੰਦ ਇਸ ਜਗ੍ਹਾ ਤੋਂ ਤੇਰੇ ਨਾਮ ਦੇ ਵਿੱਚ ਕੋਈ ਖਾਲੀ ਨਹੀਂ ਬਲਕਿ ਹਰ ਇੱਕ ਆਤਮਾ ਦੇ ਵਿੱਚ ਭਰਪੂਰ ਹੋ ਕੇ ਪ੍ਰਭੂ ਆਸ਼ੀਸ਼ ਔਰ ਬਰਕਤ ਪਾ ਕੇ ਜਾ ਰਿਹਾ ਖੁਦਾਵੰਦ ਅਸੀਂ ਇਸ ਗੱਲ ਦੇ ਲਈ ਵਿਸ਼ਵਾਸ ਕਰਦੇ ਹਾਂ ਔਰ ਸਾਰੀ ਪ੍ਰਾਰਥਨਾ ਸਾਡੇ ਉਧਾਰਕਰਤਾ ਪਿਆਰੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ ਆਮੀਨ ਸਿਸਟਰ ਸੁਨੀਤਾ ਦੋਨੋਂ ਬੱਚੇ ਅੱਗੇ ਆ ਜਾਈਏ ਪਲੀਜ਼ ਕੱਲ ਸਪੈਸ਼ਲ ਪ੍ਰਾਰਥਨਾ ਸਾਰੇ ਪਾਸਟਰ ਜੀ ਇੱਕ ਦੋ ਮਿੰਟ ਲਈ ਕਰਨਗੇ ਪਲੀਜ਼ ਅੱਗੇ ਆ ਜਾਈਏ ਦੋਨੋਂ ਬੱਚੇ ਪਾਸਟਰ ਜੈਗਸ ਔਰ ਰੋਬਿਨ ਵੀ ਅੱਗੇ ਆ ਜਾ ਬੇਟਾ ਤੂੰ ਇੱਥੇ ਥੈਂਕ ਯੂ ਲਾਰਡ ਜੀਸਸ ਹਾਲੇਲੂਇਆ ਤਾਰੀਫ ਮਹਾਨ ਪਿਤਾ ਇਸ ਸਮੇਂ ਤੇਰੇ ਇਮਾਨਦਾਰ ਬੱਚੋਂ ਕੇ ਲੀਏ ਵਿਸ਼ੇਸ਼ ਦੁਆ ਮੰਗਤਾ ਹੂੰ ਪ੍ਰਭੂ ਜੈਸੇ ਆਜ ਪ੍ਰਭੂ ਇਨ੍ਹਾਂ ਤੇਰੀ ਇਬਾਦਤ ਕਾ ਪ੍ਰਭੂ ਇੰਤਜ਼ਾਮ ਕੀਆ ਐਸੇ ਹੀ ਹਰ ਸਾਲ ਜੇ ਬੜੇ ਲੈਵਲ ਪੇ ਪ੍ਰਭੂ ਤੇਰਾ ਕਾਰਜ ਕਰਨੇ ਵਾਲੇ ਹੋ ਸਕੇ ਤੋ ਆਪਣੇ ਬੱਚੋਂ ਕੋ ਹਿੰਮਤ ਬਲ ਸ਼ਕਤੀ ਦੇਣਾ ਪ੍ਰਭੂ ਔਰ ਆਪਣੀ ਪਾਕ ਰੂਹ ਕਾ ਦੁਗਣਾ ਵਸਾ ਦੇ ਕਰ ਆਪਣੀ ਮਹਿਮਾ ਕੇ ਲੀਏ ਇਸਤੇਮਾਲ ਕਰਨਾ ਪ੍ਰਭੂ ਯੇਸ਼ੂ ਕੋਈ ਵੀ ਸ਼ੈਤਾਨ ਕੀ ਸ਼ਕਤੀ ਪ੍ਰਭੂ ਤੇਰੇ ਬੱਚੋਂ ਕੋ ਛੂਨੇ ਨਾ ਪਾਏ ਤੇਰੇ ਪਾਕ ਜ਼ਿੰਦਾ ਲਹੂ ਮੈਂ ਕਵਰ ਕਰਦਾ ਹੂੰ ਪ੍ਰਭੂ ਯੇਸ਼ੂ ਔਰ ਪ੍ਰਭੂ ਹਮੇਸ਼ਾ ਸੁੱਖ ਸ਼ਾਂਤੀ ਆਨੰਦ ਇਨਕੇ ਜੀਵਨ ਮੈਂ ਬਣਾ ਰਹੇ ਔਰ ਇਨਕੇ ਜੀਵਨ ਮੈਂ ਸੇ ਹਮੇਸ਼ਾ ਤੇਰੀ ਮਹਿਮਾ ਹੋਣੇ ਪਾਏ ਬਲੈਸ ਕਰ ਪ੍ਰਭੂ ਯੇਸ਼ੂ ਕੇ ਸਾਮਰਥੀ ਨਾਮ ਸੁਭਾਂਤਾ ਆਮੈਨ ਆਮੈਨ ਚੱਲਾਂਗੇ ਸਭ ਮਿਲ ਕੇ ਹੈ ਹਮਾਰੇ ਬਾਪ ਜੋ ਤੂੰ ਸਮਾਨ ਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਹੋਵੇ ਸਾਡੀ ਰੋਜ਼ ਰੋਟੀ ਆ ਸਾਨੂੰ ਬਖਸ਼ ਦੇ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਨੂੰ ਮਾਫ਼ ਕਰਦੇ ਹਾਂ ਸਾਡੇ ਕਸੂਰ ਸਾਨੂੰ ਮਾਫ਼ ਕਰ ਸਾਨੂੰ ਅਜਮਾਇਸ਼ ਨਾ ਪੈਣ ਦੇ ਸਗੋਂ ਬੁਰਾਈ ਤੋਂ ਬਚਾ ਕਿਉਂਕਿ ਬਾਦਸ਼ਾਹ ਕੁਦਰਤ ਔਰ ਜਲਾਲ ਹਮੇਸ਼ਾ ਤੁਹਾਡਾ ਹੈ ਆਮੀਨ ਆਈਏ ਆਖਰੀ ਕਲਮਾ ਬਿਸ਼ਪ ਸਾਹਿਬ ਬੋਲਣਗੇ ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ ਅਬ ਹਮਾਰੇ ਖੁਦਾਵੰਦ ਯਿਸੂ ਮਸੀਹ ਕਾ ਫਜ਼ਲ ਪਾਕ ਰੂਹ ਕੀ ਮੁਹੱਬਤ ਰਿਫਾਕਤ ਔਰ ਸ਼ਰਾਕਤ ਅਬ ਸੇ ਲੇਕਰ ਹਮੇਸ਼ਾ ਤੱਕ ਹਮ ਸਭੋ ਕੇ ਸਾਥ ਕੁਲ ਕਲੀਸਿਯਾ ਕੇ ਸਾਥ ਤਮਾਮ ਸੰਤੋ ਸੇਵਕੋ ਕੇ ਸਾਥ ਹਮੇਸ਼ਾ ਹਮੇਸ਼ਾ ਕੇ ਲਈ ਬਣੀ ਰਹੇ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਖੁਦਾਵੰਦ ਦਾ ਸ਼ੁਕਰ ਧੰਨਵਾਦ ਜੋ ਪ੍ਰਭੂ ਜੀ ਨੇ ਪੂਰੀ ਬੰਦਗੀ ਨੂੰ ਆਪਣੇ ਹੱਥ ਵਿੱਚ ਲੈ ਕੇ ਚਲਾਇਆ ਅਸੀਂ ਖੁਦਾਵੰਦ ਦਾ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਮੈਂ ਖੁਦਾ ਦੇ ਆਏ ਦਾਸਾਂ ਦਾ ਬਹੁਤ ਸਾਰਾ ਮੈਂ ਥੈਂਕ ਯੂ ਕਹਿੰਦੀ ਹਾਂ ਕਿ ਸਮਾਂ ਕੱਢ ਕੇ ਸਾਡੇ ਵਿੱਚ ਆਏ ਮੈਂ ਖੁਦਾਵੰਦ ਦਾ ਸ਼ੁਕਰ ਧੰਨਵਾਦ ਕਰਦੀ ਹਾਂ ਜੋ ਪ੍ਰਭੂ ਜੀ ਨੇ ਇਹਨਾਂ ਨੂੰ ਲੈ ਕੇ ਆਉਂਦਾ ਸਾਡੇ ਸੱਦੇ ਨੂੰ ਤੁਸੀਂ ਕਬੂਲ ਕੀਤਾ ਅਸੀਂ ਵਾਰ ਵਾਰ ਤੁਹਾਡਾ ਥੈਂਕ ਯੂ ਕਹਿੰਦੇ ਹਾਂ ਔਰ ਸੰਗਤ ਵਾਸਤੇ ਵੀ ਮੈਂ ਅੱਜ ਦੁਆ ਕਰਦੇ ਹਾਂ ਕਿ ਖੁਦਾਵੰਦ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਜੋ ਤੁਸੀਂ ਸੱਦੇ ਨੂੰ ਕਬੂਲ ਕੀਤਾ ਔਰ ਤੁਸੀਂ ਸਮਾਂ ਕੱਢ ਕੇ ਆਏ ਔਰ ਮੈਂ ਸਾਰੀ ਜੂਥ ਲਈ ਵੀ ਖੁਦਾ ਦੇ ਅੱਗੇ ਪ੍ਰਾਰਥਨਾ ਕਰਦੀ ਕਿ ਖੁਦਾ ਬਹੁਤ ਸਾਰੀ ਬਰਕਤ ਦੇਵੇ ਜੂਥ ਨੇ ਬਹੁਤ ਸਾਰਾ ਦੌੜ ਭੱਜ ਕਰਕੇ ਬਹੁਤ ਸਾਰਾ ਇਸ ਬੰਦਗੀ ਦਾ ਅੱਛਾ ਅਰੇਂਜਮੈਂਟ ਕੀਤਾ ਹੈ ਖੁਦਾਵੰਦ ਨੇ ਬਰਕਤ ਦੇਵੇ ਔਰ ਰੋਬਿਨ ਬੀਟਾ ਜੋ ਬਹੁਤ ਸਾਰਾ ਸਾਡੇ ਨਾਲ ਹੱਥ ਵਡਾ ਰਹੇ ਆ ਇਸ ਬੰਦਗੀ ਦੇ ਵਿੱਚ ਖੁਦਾਵੰਦ ਇਹਨਾਂ ਨੂੰ ਬਹੁਤ ਸਾਰੀ ਬਰਕਤ ਦੇਵੇ ਔਰ ਹੋਰ ਵੀ ਸਾਡੇ ਬਹੁਤ ਸਾਰੇ ਭੈਣ ਭਾਈ ਜਿਨ੍ਹਾਂ ਨੇ ਬਹੁਤ ਸਾਰਾ ਨੱਠ ਭੱਜ ਕਰਕੇ ਇਸ ਬੰਦਗੀ ਦੇ ਵਿੱਚ ਸਾਡੀ ਬਹੁਤ ਸਾਰੀ ਮਦਦ ਕੀਤੀ ਹੈ ਖੁਦਾਵੰਦ ਉਹਨਾਂ ਨੂੰ ਸਭ ਨੂੰ ਹੀ ਬਹੁਤ ਸਾਰੀ ਬਰਕਤ ਦੇਵੇ ਔਰ ਮੈਂ ਦਾਸਾਂ ਅੱਗੇ ਮੈਂ ਸੋਰੀ ਕਹਿੰਦੀ ਹਾਂ ਕਿ ਬਹੁਤ ਸਾਰੇ ਦਾਸਾਂ ਨੂੰ ਸਮਾਂ ਨਹੀਂ ਮਿਲ ਸਕਿਆ ਕਿ ਪ੍ਰਾਰਥਨਾ ਕਰ ਸਕਣ ਸਮੇਂ ਨੂੰ ਅਸੀਂ ਮੱਦੇਨਜ਼ਰ ਰੱਖਦੇ ਕਿਉਂਕਿ ਸਮਾਂ ਬਹੁਤ ਜ਼ਿਆਦਾ ਜਲਦੀ ਦੇ ਨਾਲ ਦੌੜਦਾ ਆ ਔਰ ਅਸੀਂ ਤੁਹਾਨੂੰ ਸਮਾਂ ਨਹੀਂ ਦੇ ਸਕੇ ਅਸੀਂ ਥੋੜ੍ਹਾ ਸੋਰੀ ਫੀਲ ਕਰਦੇ ਹਾਂ ਤੁਹਾਨੂੰ ਪਤਾ ਕਿ ਮੈਨੂੰ ਵੀ ਨਹੀਂ ਸਮਾਂ ਮਿਲਿਆ ਪ੍ਰਾਰਥਨਾ ਕਰਨ ਦਾ ਪਰ ਮੈਂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਸਮਾਂ ਕੱਢ ਕੇ ਆਏ ਸਾਰਿਆਂ ਦੇ ਵਾਸਤੇ ਅਸੀਂ ਦੁਆ ਕਰਦੇ ਖੁਦਾਵੰਦ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਸਾਰਿਆਂ ਆਇਆ ਹੋਇਆ ਥੈਂਕ ਯੂ ਸਭ ਨੂੰ ਜੈ ਮਸੀਹ